ਸਤਿ ਸ੍ਰੀ ਅਕਾਲ ਤੁਸੀਂ ਸਖਤ ਪੰਜਾਬ ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਕੁਝ ਗੰਭੀਰ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਗਰਗ ਸਾਹਿਬ ਸ਼ੁਕਰੀਆ ਜੀ ਬਹੁਤ ਵਾਅਦ ਸਖਿੰਦੇ ਜੀ ਗਰਗ ਸਾਹਿਬ ਪਹਿਲੀ ਵੱਡੀ ਜਿਹੜੀ ਹੈ ਕਿ ਐਮਐਸਪੀ ਤੇ ਕਮੇਟੀ ਬਣਾਉਣ ਦੀ ਗੱਲ ਕੇਂਦਰ ਤੇ ਕਿਸੇ ਖੜਕੀ ਨਜ਼ਰ ਆ ਰਹੀ ਹੈ ਦੂਜੇ ਬੰਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ بجائے ਇੱਕ ਮੰਚ ਤੇ ਆ ਕੇ ਇੱਕ ਟੇਬਲ ਤੇ ਆ ਕੇ ਟॉक ਕਰਨ ਗੱਲਬਾਤ ਕਰਨ ਸਿਰਫ ਇਹ ਨਹੀਂ ਕਿ ਵਿਰੋਧ ਦੇ ਲਈ ਤੁਸੀਂ ਵਿਰੋਧ ਕਰੋ ਜਦ ਤੱਕ ਤੁਸੀਂ ਉੱਥੇ ਜਾ ਕੇ ਆਪਣੇ ਤਰਕ ਨਹੀਂ ਉਦੋਂ ਤੱਕ ਜਿਹੜਾ ਨਹੀਂ ਹੋਣਾ ਐਮਐਸਪੀ ਨੂੰ ਲੈ ਕੇ ਭਾਜਪਾ ਜਾਂ ਉਹਨਾਂ ਦੇ ਹਮਾਇਤੀ ਨੇ ਉਹ ਲਗਾਤਾਰ ਇਹੀ ਗੱਲ ਕਹਿ ਰਹੇ ਨੇ ਕਿ ਕਿਸਾਨ ਆਪਣੇ ਵਿਰੋਧੀ ਜ਼ਿੱਦ ਛੱਡਣ ਤੇ ਆ ਕੇ ਗੱਲਬਾਤ ਕਰਨ ਪਰ ਕੀ ਕਿਸਾਨਾਂ ਨੂੰ ਹੁਣ ਇਸ ਕਮੇਟੀ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਗੱਲ ਕਰਨੀ ਚਾਹੀਦੀ ਹੈ ਜਾਂ ਕਿ ਜਾਂ ਫਿਰ ਕੋਈ ਵੱਖਰਾ ਸਟੈਂਡ ਜਿਹੜਾ ਉਹ ਅਪਣਾਉਣਾ ਚਾਹੀਦਾ ਕਿਉਂਕਿ ਹੁਣ ਕਿਸਾਨੀ ਅੰਦੋਲਨ ਤਾਂ ਹੋ ਰਿਹਾ ਦੇਖੋ ਗੱਲ ਇਹ ਹੈ ਵੀ ਕਿਸੇ ਵੀ ਚੀਜ਼ ਦੀ ਸੰਭਾਵਨਾ ਅਸੀਂ ਨਜ਼ਾਰ ਦੇ ਨਹੀਂ ਕਰ ਸਕ ਖਤਮ ਨਹੀਂ ਕਰ ਸਕਦੇ ਭਈ ਨਾ ਕਿਹੜਾ ਇਹ ਉਮੀਦ ਸੀ ਕਿ ਵੀ 380 ਦਿਨਾਂ ਅੰਦੋਲਨ ਚੱਲ ਜੂ ਜਾਂ ਦਿੱਲੀ ਜਾ ਕੇ ਆਏ ਬੈਠੇ ਰਹਿਣਗੇ ਜਾਂ ਇੰਨੇ ਲੋਕ ਨਾਲ ਆ ਜਾਣਗੇ ਕਿਸੇ ਨੂੰ ਕੋਈ ਉਮੀਦ ਨਹੀਂ ਸੀ ਤੇ ਇਸ ਤਰ੍ਹਾਂ ਨਹੀਂ ਹੈ ਪਰ ਇੱਕ ਗੱਲ ਪੱਕੀ ਹੈ ਵੀ ਜਿਹੜੇ ਭਾਜਪਾ ਦੇ ਵੀ ਜੀ ਗੱਲਬਾਤ ਕਰਨੀ ਚਾਹੁੰਦੀ ਹੈ ਜੀ ਫਲਾਣਾ ਕਰਨੀ ਚਾਹੁੰਦਾ ਇਹ ਹਰੇਕ ਹੀ ਜਿਹੜਾ ਖਰਾਬ ਕਰਨ ਵਾਲਾ ਹੁੰਦਾ ਇਹ ਜੀ ਗੱਲਬਾਤ ਤਾਂ ਕਰੋ ਜੀ ਗੱਲਬਾਤ ਤਾਂ ਕਰੋ ਜੀ ਸੋ ਗੱਲਬਾਤ ਕਾਦੀ ਕਰਨੀ ਹੈ ਗੱਲਬਾਤ ਕਰਨ ਵਾਸਤੇ ਤਾਂ ਰਾਹ ਹੀ ਨਹੀਂ ਛੱਡਿਆ ਉਹਨਾਂ ਨੇ ਜਦ ਪਹਿਲਾਂ ਕਿਹਾ ਸੀ ਕਮੇਟੀ ਬਣਾਵਾਂਗੇ ਕਮੇਟੀ ਦੇ ਵਿੱਚ ਇੱਕ ਤਾਂ ਪਾਤੇ ਸੈਕਟਰੀ ਸੀਗੇ ਜਿਹੜੇ ਖੇਤੀਬਾੜੀ ਦੇ ਤੇ ਦੂਸਰੇ ਰਮੇਸ਼ ਚੰਦਰ ਪਾਤੇ ਜਿਹੜੇ ਸੀਗੇ ਆਪਣਾ ਇਹ ਨੀਤੀ ਦੇ ਯੋਗ ਦੇ ਨੇ ਤੋਨੇ ਬੀਜੇਪੀ ਦੇ ਹੋਗੇ ਤੀਜਾ ਉਹਨਾਂ ਦੇ ਵਿੱਚ ਪਾਤਾ ਉਹਦੇ ਜਿਹੜਾ ਹੈਗਾ ਇਹ ਮਿਸਟਰ ਚੌਧਰੀ ਕ੍ਰਿਸ਼ਕ ਸਮਾਜ ਦਾ ਚੌਥਾ ਇੱਕ ਹੋਰ ਚੌਧਰੀ ਪਾਤਾ ਉਹ ਇਹਨਾਂ ਦਾ ਆਪਦਾ ਬੀਜੇਪੀ ਦੇ ਜਿਹੜੇ ਭਾਰਤੀ ਕਿਸਾਨ ਸੰਘ ਹੈ ਬੀਕੇਐਸ ਉਹਦਾ ਹੈਗਾ ਪੰਜਵਾਂ ਜਿਹੜਾ ਪਾਇਆ ਉਹ ਮਾਨ ਜਿਹੜਾ ਸੀ ਜੱਥੇਬੰਦੀ ਮਾਨ ਦੀ ਤੇ ਉਹਦਾ ਹੀ ਹਰਿਆਣੇ ਦਾ ਪ੍ਰਧਾਨ ਹੈ ਛੇਵਾਂ ਜਿਹੜਾ ਪਾਇਆ ਹੈ ਸੇਯਦ ਮੁਹੰਮਦਨ ਉਹ ਜਿਹੜਾ ਹੈਗਾ ਉਹ ਮਹਾਰਾਸ਼ਟਰ ਦਾ ਇਨ ਦਾ ਨਰਸੀਰ ਹੈ ਜਿਹੜਾ 7ਵਾਂ ਪਾਇਆ ਹੈ ਉਹ ਜਿਹੜਾ ਹੈਗਾ ਉਹ ਖੇਤਕਾਰੀ ਸੰਘਟਨ ਦਾ ਉਹ ਵੈਸੀ ਖੇਤਕਾਰੀ ਸੰਘਟਨ ਹੈ WTO ਦਾ ਬਣਾਇਆ ਹੋਇਆ ਉਹ ਤਾਂ ਸਾਰਾ ਕਹਿੰਦਾ ਵੀ ਸਭ ਵਪਾਰਕੀ ਦੇ ਦਿਓ ਹੋਰ ਦਿਓ ਪਤਾ ਨਹੀਂ ਕਿੰਨੀ ਕਿ ਖੇਤੀ ਕਰਦੇ ਨੇ ਜਾਂ ਨਹੀਂ ਕਰਦੇ ਹੋ ਸਕਦਾ ਉਹ ਖੇਤੀ ਦੀਆਂ ਉਹਨਾਂ ਨੇ ਇਹੋ ਜਿਹਾ ਜੱਥੇ ਬਣਿਆ ਕੋਈ ਕੰਮ ਨਾ ਇੱਕ ਜਿੰਦ ਅਸੀਂ ਕਹਿੰਦੇ ਆ ਵੀ ਐਗਰੀਕਲਚਰ ਨੂੰ ਇੰਨਾ ਲੋਨ ਦੇਤਾ ਉਹ ਐਗਰੀਕਲਚਰ ਲੋਨ ਦਾ 80% ਪੈਸਾ ਜਿਹੜਾ ਹੈ 70 ਤੋਂ 80% ਉਹ ਇਹਨਾਂ ਸੰਸਥਾਾਂ ਕੋਲ ਜਾਂਦਾ ਹੈ ਜਿਹੜੇ ਸੰਸਥਾਨ ਬਣੇ ਹੋਏ ਨੇ ਆਪ ਹੀ ਕਿਸਮ ਦਾ ਮਤਲਬ ਵਪਾਰੀ ਨੇ ਉਹ ਖੇਤੀ ਆਏ ਨਹੀਂ ਆ ਵੀ ਇੱਕ ਬੰਦਾ ਖੇਤੀ ਕਰਦਾ ਉਹਨੇ ਲੋਨ ਲਿਆ ਇਹ ਇਹ ਜੇ ਲੋਨ ਬਹੁਤ ਥੋੜੇ ਨੇ ਜਿਹੜੇ ਵਿਅਕਤੀਗਤ ਲੋਨ ਨੇ ਅਮਾਉਂਟ ਦੇ ਤੌਰ ਤੇ ਗਿਣਤੀ ਦੇ ਤੌਰ ਤੇ ਤਾਂ ਵਿਅਕਤੀਗਤ ਲੋਨ ਜ਼ਿਆਦਾ ਹੋਣਗੇ ਪਰ ਜਿਹੜੇ ਆਪਾਂ ਉਹਦੀ ਰਾਸ਼ੀ ਦੇਖੀ ਵੀ ਕਿੰਨੀ ਰਕਮ ਕਿੰਨੀ ਦਿੱਤੀਏ ਲੋਨ 'ਚ ਉਹ 70 80% ਆ ਉਹਦੇ 'ਚ ਲਿਖਿਆ ਹੁੰਦਾ ਹੈ ਬੀਜਣੀਆਂ ਇਦਾਂ ਤੇ ਇੱਥੇ ਬੰਦੀਆਂ ਇਦਾਂ ਕਰਨੀਆਂ ਕੋਈ ਵੀ ਖੇਤੀ ਦੇ ਵਿੱਚ ਵੈਲਿਊ ਐਡੀਸ਼ਨ ਕਰਨਗੀਆਂ ਤਾਂ ਕੋਈ ਕਹਿੰਦਾ ਜੀ ਖੇਤੀ ਦੀ ਰਹਿਣ ਖੁੰਦ ਨੂੰ ਸਾਹਮਣ ਗੀਆਂ ਕੋਈ ਕਹਿੰਨਗੇ ਜੀ ਇਕੱਠੇ ਹੋ ਕੇ ਖੇਤੀ ਕਰਨਗੇ ਕੋਈ ਕਹਿੰਨਗੇ ਇਹਨਾਂ ਨੇ ਕੋਈ ਸੰਘ ਬਣਾਇਆ ਹੋਇਆ ਜੀ ਸੋ ਉਸ ਤਰੀਕੇ ਨਾਲ ਉਹਦੇ ਵਿੱਚ ਬਹੁਤਿਆਂ ਜਿਆਦਾ ਇਹਨਾਂ ਦੀਆਂ ਜੱਥੇਬੰਦੀਆਂ ਇੱਕ ਨਵਾਂ ਤਰੀਕਾ ਜਿਹੜਾ ਬੀਜੇਪੀ ਆਰਐਸਐਸ ਨੇ ਲੱਭ ਲਿਆ ਉਹ ਇਹ ਆ ਵੀ ਸੰਘਟਨ ਬਣਾਓ ਆਪ ਦਾ ਸਾਰਾ ਸਰਕਾਰੀ ਪੈਸਾ ਉਹਨਾਂ ਸੰਘਟਨ ਨਾਲ ਹੀ ਰਹੀ ਰਹੀ ਜਾ ਤੁਹਾਨੂੰ ਪੁੱਛਣਾ ਕਿਸੇ ਨੇ ਹੈ ਨਹੀਂ ਦੂਜਾ ਜੇ ਕੋਈ ਡਾਊਗਾ ਵੀ ਉਹਦੇ ਤਾਂ ਇਹ ਜੀ ਕਿਸੇ ਕਰਾ ਦਿੰਦੇ ਨੇ ਤੇ ਇਹਨਾਂ ਤੋਂ ਪੁੱਛਣਾ ਨਹੀਂ ਕਿਸੇ ਨੇ ਲੈ ਕੇ ਕਰੀ ਜਾਣ ਇਹਨਾਂ ਨੂੰ ਕਿਸੇ ਨੇ ਨਹੀਂ ਯਾਰ ਮੈਂ ਇਹਨਾਂ ਦਾ ਜਿੰਨਾ ਮੇਰਾ ਤਜਰਬਾ ਵੀ ਉਹ ਉਸ ਪੈਸੇ ਨੂੰ ਕੋਈ ਆਇਆ ਨਹੀਂ ਆ ਵੀ ਉਹਦੀ ਦੁਰਵਰਤਨ ਨਹੀਂ ਹੁੰਦੀ ਜਾਂ ਉਹਦਾ ਕਿਉਂਕਿ ਮੈਂ ਕਈ ਵਾਰੀ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਉਸ ਤਰੇਹਾਂ ਜਿੱਥੇ ਉਹ ਦੇਖਣਾ ਹੁੰਦਾ ਵੀ ਵਾਕਈ ਤੁਸੀਂ ਇਹ ਕੰਮ ਕਰਿਆ ਵੀ ਸੀ ਪੈਸੇ ਲਾ ਕੇ ਸਰਕਾਰ ਦਾ ਕਿ ਨਹੀਂ ਸੋ ਜਿੰਨੇ ਅਸੀਂ ਦੇਖੇ ਨੇ ਮੈਂ ਤਾਂ ਜਿੰਨਾ ਮਾਫੀਆ ਟਾਈਪ ਦੇ ਵਿੱਚ ਵੀ ਬਹੁਤ ਸਾਰੇ ਲੋਗ ਇਸੇ ਸ਼ਾਮਲ ਹੁੰਦੇ ਨੇ ਪੋਲੀਟੀਕਲੀ ਉਹ ਜਿਹੜੀ ਪਾਵਰ ਹੁੰਦੀ ਆ ਉਹਦੇ ਨੇੜੇ ਚਲੇ ਜਾਂਦੇ ਨੇ ਸੋ ਇਸ ਕਰਕੇ ਆਪਾਂ ਇਸ ਗੱਲ ਨੂੰ ਤਾਂ ਜਾਈਏ ਭੁੱਲ ਵੀ ਉਹ ਗੱਲਬਾਤ ਨਾਲ ਉਹਨਾਂ ਦੇ ਵਿੱਚ ਸ਼ਾਮਲ ਹੋ ਕੇ ਸ਼ਾਮਲ ਹੋ ਕੀ ਕਰਨੇ ਤੁਸੀਂ ਆਪਦੇ ਸੱਤ ਬੰਦੇ ਪਾ ਰੱਖੇ ਨੇ ਤੇ ਸੱਤ ਬੰਦੇ ਤੁਹਾਡੇ ਨੇ ਤੇ ਤੁਸੀਂ ਤਿੰਨ ਇਹਨਾਂ ਦੇ ਕਹਿਣਾ ਪਾ ਲਾਂਗੇ ਜੀ ਉਹ ਤਾਂ ਵੈਸੇ ਮжоਰਿਟੀ ਮਿਨੋਰਿਟੀ ਨਾਲ ਫੈਸਲਾ ਉਹਨਾਂ ਨੇ ਚੱਕ ਕੇ ਦੇਣਾ ਇਸ ਤੇ ਤੁਹਾਡੀ ਜੋ ਮਰਜ਼ੀ ਕਹੀ ਜਾਣਾ ਜਾਦੇ ਹੈ ਇਨੀ ਗਿੰਤੀ ਚ ਜਾਂਦੇ ਸੀ ਕਿਸਾਨ ਇਕੱਠੇ ਹੋ ਕੇ ਤੋਮਰ ਸਾਹ ਦੇ ਕੋਲੇ ਗੁਆਲ ਪੇਸ਼ ਗੋਲਜੀ ਦੇ ਕੋਲੇ ਇੰਨੇ-ਇੰਨੇ ਮੀਟਿੰਗਾਂ ਹੁੰਦੀਆਂ ਸੀ ਉੱਥੇ ਉਹਨਾਂ ਨੂੰ ਬੋਲਣ ਨੂੰ ਜਗ੍ਹਾ ਨਹੀਂ ਹੁੰਦੀ ਸੀ ਉਹਨਾਂ ਤਾਂ ਫੇਰ ਕਹਿੰਦਾ ਵੀ ਨਾਲੇ ਅਖਬਾਰਾਂ ਵਿੱਚ ਬਿਆਨ ਦੇ ਦਿੱਤਾ ਸੀ ਵੀ ਇਹਨਾਂ ਨੇ ਆਹ ਕਿਹਾ ਪਰ ਇਹ ਐਸਟੀਕੇ ਨਾਲ ਗਲਤ ਹੈ ਬਾਅਦ ਚ ਉਹਨਾਂ ਨੇ ਕਹਿੰਤਾ ਇਹਨਾਂ ਨੇ ਤਾਂ ਕੁਝ ਸੰਦਸੇ ਹੀ ਨਹੀਂ ਔਰ ਲੋਕ ਸਭਾ ਦੇ ਵਿੱਚ ਬਿਆਨ ਦਿੱਤਾ ਜੇ ਤੋਮਰ ਸਾਹਿਬ ਲੋਕ ਸਭਾ ਚ ਔਰ ਮੋਦੀ ਸਾਹਿਬ ਕਹਿ ਸਕਦੇ ਨੇ ਸਦਨ ਦੇ ਵਿੱਚ ਕਿ ਜੀ ਕਿਸਾਨਾਂ ਨੇ ਤਾਂ ਸਾਨੂੰ ਕੁਝ ਦੱਸਿਆ ਨਹੀਂ ਨੁਕਸ ਵਿੱਚ ਤੁਸੀਂ ਕੀ ਕਰੋਗੇ ਸੋ ਇਹ ਭਲੇਖਾ ਪਾ ਛੱਡ ਦਈਏ ਬਹੁਤ ਸਾਰੇ ਭਲੇਖਾ ਨਹੀਂ ਜੀ ਕਰਕੇ ਦੇਖ ਲਓ ਜੀ ਇਹ ਕਰਨਾ ਮੈਂ ਵੀ ਟੈਡ ਯੂਨੀਅਨ ਦੀ ਡਿਡ ਰਹਾ ਸਾਡਾ ਵੀ ਵਾਰੀ ਤੁਸੀਂ ਜੀ ਗੱਲ ਕਰਕੇ ਦੇਖ ਲਓ ਕੀ ਫਰਕ ਪੈਂਦਾ ਸਾਨੂੰ ਪਤਾ ਹੁੰਦਾ ਸਾਨੂੰ ਪਤਾ ਵੀ ਇਹਨਾਂ ਨੇ ਕੀ ਕਢੀ ਕੋਲਣੀ ਆ ਇਹ ਭਲੇਖਾ ਨਾ ਰੱਖੀ ਆਪਾਂ ਕਿਸਾਨਾਂ ਨੂੰ ਕੁਝ ਮਿਲੇ ਜਾਣਾ ਮਿਹੜਾ ਲਖੀਨਪੁਰ ਖੇੜੀ ਤੇ ਗੱਲ ਨਹੀਂ ਕਰਦੇ ਆਏ ਨੇ ਕੀ ਕਰਤਾ ਉਹਨਾਂ ਨੇ ਇਹ ਤਾਂ ਜੇ ਸੁਪਰੀਮ ਕੋਰਟ ਨਾ ਕਰਦੀ ਕੁਝ ਤੇ ਉਹਨੂੰ ਤਾਂ ਛੜਤਾ ਸੀ ਇਹਨਾਂ ਨੇ ਪਹਿਲਾਂ ਕੇਸ ਹੀ ਨਹੀਂ ਬਣਾਇਆ ਸੀ ਦੁਬਾਰਾ ਜਦ ਛੱਡਣ ਦੀ ਕੋਸ਼ਿਸ਼ ਆਈ ਫੇਰ ਛੱਡ ਦਿੱਤਾ ਵੇਬੂਲ ਕਰਤੀ ਸੀ ਫੇਰ ਸੁਪਰੀਮ ਕੋਰਟ ਦਾ ਰਖਮਾ ਜੀ ਹੋਈ ਨਹੀਂ ਤਾਂ ਤਾਂ ਆਰਾਮਨਾਥ ਦੰਦਨਾ ਦਾ ਫਿਰਦਸ ਸੋ ਆਪਾਂ ਇਹ ਪ੍ਰੀਖਿਆ ਛੱਡ ਲਈਏ ਮਨ ਚੋਂ ਆ ਜਿਹੜੇ ਕਹਿੰਦੇ ਸੀ ਵੀ ਇਹਨਾਂ ਨੂੰ ਜੀ ਬਾਗਰੀ ਮਾਸੇ ਦੇ ਦੋ ਕਾਹ ਨੂੰ ਆਪਾਂ ਚੱਕਰ ਪਾਉਣਾ ਹੈ ਮੁਰਕਾ ਪਿੱਟ ਕੇ ਜਾਣਗੇ ਹੁਣ ਟਿੱਕ ਕੇ ਹੁਣ ਖਤਮ ਹੋ ਗਿਆ ਮੁਸਲਮਾਨਾਂ ਦਾ ਜਿਹੜੇ ਉਹਨਾਂ ਨਾਲ ਲੜਾਈ ਸੀ ਇਹ ਪ੍ਰੀਖਿਆ ਆਪਾਂ ਛੱਡ ਲਈਏ ਹੁਣ ਕਹਿੰਦੇ ਸਾਡਾ ਤਾਂ 300 ਹੈ ਫੇਰ ਕਹਿੰਦੇ ਸਾਡਾ 3000 ਹੈ ਮੰਦਰ ਜਿਹੜਾ ਮਸਜਿਦ ਬਣਾ ਰੱਖਿਆ ਇਹ ਕੋਈ ਐਂਡ ਨਹੀਂ ਆਣਾ ਇਹ ਦੇਖਣਾ ਰੱਖੀ ਆਪਾਂ ਬਾਜ ਹੱਥਾਂ ਕਰਾਰਿਆਂ ਵੈਰੀ ਮਿੱਤ ਨਾ ਹੋ ਸਰਕਾਰਾਂ ਜਿਹੜੀਆਂ ਨੇ ਸਧਾਰਨ ਬੰਦੇ ਦੀਆਂ ਦੋਸਤ ਨਹੀਂ ਹੈਗੀਆਂ ਸਰਕਾਰਾਂ ਆਪਦਾ ਪੇਟ ਪਾਲਦੀਆਂ ਨੇ ਇਹ ਕਾ ਅਧਿਕਾਰਵਾਦ ਕਰਦੀਆਂ ਨੇ ਆਪਦੇ ਪਰਿਵਾਰ ਪਾਲਦੀਆਂ ਨੇ ਆਪਦਾ ਵਪਾਰ ਪਾਲਦੀਆਂ ਨੇ ਜਾਂ ਆਪਦੇ ਦੋਸਤ ਜਿਹੜੇ ਕਾਰਪੋਰੇਟ ਨੇ ਜਿਹੜੇ ਸਰਮਾਇਦਾਰ ਨੇ ਵੱਡੇ ਉਹਨਾਂ ਦੇ ਹਿੱਤ ਦੀਆਂ ਗੱਲਾਂ ਕਰਦੇ ਨੇ ਇਹ ਆਪਾਂ ਭੇਖਾ ਬਿਲਕੁਲ ਛੱਡ ਦਈਏ ਮਨ ਚੋਂ ਵੇ ਕੋਈ ਨਹੀਂ ਜੀ ਗੱਲ ਕਰਕੇ ਹੋ ਜਾਊਗਾ ਜੀ ਦੇਖ ਲਓ ਜੀ ਫਲਾਣਾ ਜੀ ਤੁਸੀਂ ਇਹ ਤਾਂ ਬਹੁਤ ਵੱਡੀ ਗੱਲ ਹੈ ਨਾ ਛੋਟੀ ਛੋਟੀਆਂ ਗੱਲਾਂ ਲੈ ਲਓ ਤੁਸੀਂ ਜਾ ਰਹੋ ਜਿੱਥੇ ਵੀ ਜਾਂਦੇ ਹੋ ਜਾ ਕੇ ਤੁਸੀਂ ਤਸੀਲ ਦਾਦੇ ਹਾਰੇ ਕੱਢੀ ਜਾਓ ਫਿਰ ਤੁਹਾਡੀ ਰਜਿਸਟਰੀ ਮੁਫਤ ਕਰ ਦਿੰਦਾ ਉਹ ਮਤਲਬ ਜਿੰਨੀ ਫੀਸ ਲੱਗਦੀ ਉਹ ਉਹਨੇ ਨਾਲ ਕਰ ਦਿੰਦਾ ਪੈਸੇ ਤਾਂ ਲੈਂਦਾ ਹੀ ਹੈ ਹਾਂ ਪਰ ਇੱਕ ਗੱਲ ਹੈ ਜੇ ਵਜ੍ਹਾ ਹੋਵੇ ਧਰਨਾ ਫਿਰ ਆਪਲਾ ਕੇ ਕਹਿੰਦਾ ਯਾਰ ਤੁਸੀਂ ਕਰਾ ਕੇ ਜਾਓ ਸੋ ਇਹ ਆ ਪਾਪ ਲੈਖਾ ਛੱਡ ਦਈਏ ਕਹਿੰਦੇ ਬਿਨਾਂ ਰੋਏ ਤਾਂ ਮਾਂ ਵੀ ਦੁੱਧ ਨਹੀਂ ਹਿੰਦੀ ਇਹ ਨਾ ਪਾ ਦੇਖੀ ਵੀ ਭਾਜੀਪੀ ਨੇ ਕਹਿੰਨੇਗਾ ਉਹ ਤਾਂ ਪਹਿਲਾਂ ਹੀ ਕਹਿੰਦੇ ਕਾਨੂੰਨਾਂ ਤੇ ਗੱਲ ਕਰ ਲਓ ਜੀ ਤੁਸੀਂ ਨੁਕਸਦਸ ਦੋ ਜੀ ਤੁਸੀਂ ਇਹਦੇ ਵਿੱਚ ਬਦਲਾ ਇਹਨਾਂ ਨੇ ਤਾਂ ਰਾਜੇਵਾਲ ਸਾਹਿਬ ਹੋਰਾਂ ਤੋਂ ਕਿੱਠੀ ਦਿਖਾਤੀ ਸੀ ਰੁਦੂ ਸਿੰਘ ਮਾਨਸਾਰਾ ਰਾਜੇਵਾਲ ਸਾਹਿਬ ਹੋਰਾਂ ਤੋਂ ਤੇ ਜੀ ਇੱਕ ਮੈਨੂੰ ਬੱਟੇ ਖਾਤੇ ਪਾ ਦੋ ਇੱਕ ਮੈਨੂੰ ਤੁਸੀਂ ਸਟੇਟਾਂ ਤੇ ਛੱਡ ਦੋ ਤੇ ਇੱਕ ਮੈਨੂੰ ਰੱਦ ਕਰ ਦੋ ਇਹ ਜਿਹੜਾ ਤੌਰ ਤਰੀਕਾ ਹੈ ਨਾ ਬੱਟੇ ਖਾਤੇ ਬੰਨਵਾਲੇ ਕਮੇਟੀ ਬਣਾਓ ਸੋ ਇਹ ਜਿਹੜਾ ਤਾ ਤਰੀਕਾ ਉਹਨਾਂ ਨੇ ਉਹ ਤਾਂ ਉਹਨਾਂ ਦੀ ਨਹੀਂ ਚੱਲੀ ਮੁੜ ਕੇ ਕੇ ਚੋਣਾਂ ਤਾਂ ਉਹਨਾਂ ਨੇ ਫਿਰ ਆਪਣਾ ਕਾਇਦ ਤਵੇ ਇਸ ਤੋਂ ਚੋਣਾਂ ਲੜਾਂਗੇ ਤੇ ਕਿਸਾਨਾਂ ਦੀ ਏਕਤਾ ਟੁੱਟ ਗਈ ਹੁਣ ਤੁਸੀਂ ਅਗਲਾ ਸਵਾਲ ਕਰੋ ਸਾਹਿਬ ਜੋ ਇਹ ਗੱਲ ਫਿਰ ਦੁਬਾਰਾ ਰਿਪੀਟ ਕਰਨੀ ਕਿ ਜਦੋਂ ਆਪਾਂ ਗੱਲ ਕਹਿੰਦੇ ਆ ਕਿ ਕਿਸਾਨ ਇੱਕ ਦੂਜੇ ਛੱਡਣਾ ਤੁਸੀਂ ਸੁਣਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ 3000 ਕਰੋੜ ਦੇ ਕਪੜੇ ਦੀ ਗੱਲ ਛੜ ਗਈ ਜੀ ਕੌਣ ਖਾ ਗਿਆ ਤੁਮ ਚੁੱਕਿਆ ਗਿਆ ਕਿਸਾਨਾਂ ਨੂੰ ਚਾਹੀਦਾ ਨਹੀਂ ਕਿ ਜਿੰਨੇ ਆਗੂ ਨੇ ਉਹਨਾਂ ਨੂੰ ਖਾਸ ਕਰਕੇ ਕਿ ਤੁਸੀਂ ਇਹ ਜਿਹੜੇ ਮਨਮਤਾਬ ਨੇ ਇਹਨਾਂ ਨੂੰ ਇੱਕ ਪਾਸੇ ਰੱਖੋ ਬਜਾਏ ਇਸ ਦੇ ਕਿ ਹਵਾ ਦੇ ਵਿੱਚ ਕੋਈ ਗੱਲਾਂ ਛੱਡੀਆਂ ਜਾਣੀਆਂ ਜਾਂ ਉਹਨਾਂ ਦੇ ਬਿਨਾ ਪ੍ਰੂਫ ਦੇ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਜਾਣੇ ਪਰ ਇਕੱਠੇ ਹੋਣਾ ਚਾਹੀਦਾ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਬਾਜ਼ ਅੱਥਾ ਕਰਾ ਰਹਿਆਂ ਬੈਰੀ ਮਿੱਤ ਨਾ ਹੋਣ ਤੇ ਜੇ ਉਸ ਪਾਸੇ ਵੱਲ ਨੂੰ ਤੁਰਨਾ ਹੈ ਤੇ ਤੁਹਾਨੂੰ ਇਕੱਠੇ ਹੋਣਾ ਪੈਣਾ ਜੇ ਇਕੱਠੇ ਨਹੀਂ ਹੁੰਦੇ ਤਾਂ ਇਹੀ ਕੁਝ ਹੋਣਾ ਹੈ ਉਹਨਾਂ ਨੇ ਨਾ ਐਮਐਸਪੀ ਤੇ ਕਾਨੂੰਨ ਬਣਾਉਣਾ ਹੈ ਨਾ ਕੋਈ ਲੀਗਲ ਗੱਲ ਕਰਨੀ ਹੈ ਉਹ ਤਾਂ ਸਿਰਫ ਇਸੇ ਤੱਕ ਸੀਮਤ ਰਹਿਣਗੇ ਇੱਠੇ ਵੀ ਕੋਈ ਸੂਰਤੇ ਹੁੰਦਾ ਹੁੰਦਾ ਹੈ ਸਾਂਝ ਕੀ ਜੇ ਗੁਰੂ ਸਾਹਿਬ ਨੇ ਕਹੇ ਸਾਂਝ ਕੀਜੇ ਗੁਨਾਹ ਕਰੀ ਛਾੜ ਆਵਗਨ ਚੱਲੀਏ ਛੋੜ ਆਵਗਨ ਚੱਲੀਏ ਉਹ ਸਾਂਝ ਗੁਨਾਹ ਕਰੀ ਹੋਏਗੀ ਆ ਪਿੱਛੇ ਜਦੋਂ ਤੋਂ ਇਹ ਸਿੱਧੂ ਹੋਰਾਂ ਨੇ ਉੱਥੇ ਝੰਡਾ ਚਾਹੇ ਕਿਸੇ ਨਿਸ਼ਾਨ ਚ ਲਾਇਆ ਸੀ ਫਿਰ ਕਹਿੰਦੇ ਸੀ ਜੀ ਸਿੱਧੂ ਵੀ ਮੈਂ ਤਾਂ ਪੁਲਿਸ ਦੀ ਮਦਦ ਕਰਨ ਗਿਆ ਸੀ ਇਹ ਤਾਂ ਸਭ ਨੇ ਸੁਣਿਆ ਹੀ ਹੈ ਇਹ ਤਾਂ ਕੋਈ ਡੁਕੀ ਹੋਈ ਗੱਲ ਨਹੀਂ ਵੀ ਮੈਂ ਤਾਂ ਉਹਦੀ ਮਦਦ ਕਰਨ ਗਿਆ ਸੀ ਪੁਲਿਸ ਦੀ ਮਤਲਬ ਇਹਦਾ ਮਤਲਬ ਪੁਲਿਸ ਦੀ ਮਦਦ ਦੇ ਵਿੱਚ ਗਿਆ ਸੀ ਉੱਥੇ ਜੇ ਉਦੋਂ ਵੀ ਕਹਿੰਦੇ ਸੀ ਜੀ ਹੁਣ ਜਿਹੜੇ ਬੰਦੇ ਨੇ ਰੋਜ਼ ਹੀ ਵੰਗ ਗੱਡ ਕੇ ਰੱਖਣਾ ਹੈ ਰੋਜ਼ ਹੀ ਸਟੇਜ ਦੇ ਉੱਤੇ ਕਬਜ਼ਾ ਕਰ ਲੈਣਾ ਹੈ ਰੋਜ਼ ਹੀ ਚਾਰ ਨਾਰੇ ਲਵਾ ਦੇਣੇ ਨੇ ਚਾਰ 10 20 ਬੰਦੇ ਵਾ ਹੁਣ ਪਿੱਛੇ ਜੇ ਵੀ ਆ ਮੱਤੇਵਾਲ ਜੰਗਲ ਚ ਵੀ ਦੇਖਾ ਵੇ ਆਪ ਦੇ 20 25 50 ਬੰਦੇ ਅੱਗੇ ਬਿਠਾ ਲਓ ਫਿਰ ਉਹਨਾਂ ਦੇ ਨਾਲੇ ਲਵਾ ਦਿਓ ਜਿਹੜੇ ਵੀ ਖਲਾਫ ਡਵਾਉਣੇ ਨੇ ਦੂਜੇ ਬੰਦੇ ਕਹਿੰਦੇ ਕਹਿੰਦੇ ਬਿਸ਼ਰਮ ਹੁੰਦੀ ਮੈਂ ਅੰਦਰ ਵੜ ਗਈ ਨਾਟਕ ਕਹਿਣਾ ਮੈਨੂੰ ਡਰ ਗਈ ਉਹ ਵਿਚਾਰੇ ਕਹਿੰਦੇ ਵੀ ਚਲ ਯਾਰ ਕਰ ਲੈਣ ਦੋ ਇਹਨਾਂ ਨੂੰ ਕਾਹਨੂੰ ਕੁਝ ਕਹਿਣਾ ਹੈ ਮੁੜ ਕੇ ਫਿਰ ਉਹਨਾਂ ਦੇ ਨਾਉ ਨਾਉਸ ਹੁੰਦੇ ਨੇ ਵੀ ਭਾਈ ਆ ਕੇ ਇਹਨਾਂ ਨੂੰ ਚੁੱਪ ਕਰਾਓ ਉਹਨਾਂ ਨੇ ਆਪ ਹੀ ਤਾਂ ਬਣਾਏ ਹੁੰਦੇ ਨੇ ਆਪ ਹੀ ਚੁੱਪ ਕਰਾ ਦਿੰਦੇ ਨੇ ਇਹ ਪੋਲਿਟਿਕਲ ਪ੍ਰਚਾਰ ਦਾ ਕੰਮ ਹੋ ਗਿਆ ਹੁਣ ਇਹਨਾਂ ਦਾ ਵੀ ਬਹੁਤ ਜਾਂਦਾ ਵਿੱਚੋਂ ਸੋ ਇਸ ਕਰਕੇ ਆਪਾਂ ਨੂੰ ਬੜਾ ਸਪਸ਼ਟ ਤੌਰ ਦੇ ਉੱਤੇ ਦੇਖਣਾ ਪਏਗਾ ਵੀ ਸਾਂਝ ਕਿਵੇਂ ਹੋਣੀ ਹੈ ਸਾਂਝ ਕਰ ਰਹੇ ਨੇ ਮੱਤੇਵਾਲਾ ਜੰਗਲਦੇਵ ਦੇ ਭਾਈ ਜੱਥੇ ਬੰਦਿਆ ਨੇ ਐਲਾਨ ਕਰਿਆ ਦੀ ਅਸੀਂ ਇਕੱਠੇ ਹੋ ਕੇ ਇਹਦਾ ਅੱਗੇ ਵਿਰੋਧ ਕਰਾਂਗੇ ਜੇ ਨਾ ਇਹਨਾਂ ਨੇ ਬਾਜਾਈ ਉਹ ਠੀਕ ਹੈ ਵਾਪਸ ਲੈ ਲਿਆ ਫਟਾਫਟੀ ਨਹੀਂ ਤਾਂ ਭਾਈ ਇਕੱਠੀਆਂ ਹੋ ਗਈਆਂ ਸੀ ਚਾਰ ਜਿੱਥੇ ਬੰਦੀਆਂ ਇੱਕ ਪਾਸੇ ਇਕੱਠੀਆਂ ਨੇ ਜਿਹੜਾ ਡੱਲਿਆ ਸਾਹਿਬ ਨੇ ਕਿਹਾ ਇਹ ਸਭ ਨੂੰ ਪਤਾ ਹੈ ਵੀ ਉਹ 3000 ਕਰੋੜ ਚ ਸੌਦਾ ਹੋਇਆ ਸੀ ਉਹ ਬੰਦਾ ਸੀ ਇਹਨਾਂ ਦਾ ਹੀ ਉਹਨੇ ਕਿਹਾ ਵੀ ਮੈਂ ਸਾਰਿਆਂ ਨੂੰ ਬਣਾ ਲੂੰ ਉਹਨੂੰ ਕਿਹਾ ਗਿਆ ਵੀ ਧਰਨਾ ਚ ਚਕਾ ਦਿਓ ਕਿਉਂਕਿ ਲੋਗਾਂ ਨੂੰ ਤਾਂ ਲੱਗਦਾ 3000 ਕਰੋੜ ਬਹੁਤ ਵੱਡਾ ਹੈ ਸਰਕਾਰ ਜਿਹਦਾ 39 ਲੱਖ ਕਰੋੜ ਦਾ ਬਜਟ ਹੈ ਜੋਂ ਜਿਹੜੇ ਅਰਬਾਂ ਦੇ ਖਰਬਾਂ ਦੇ ਬਜਟ ਆਲੀਆਂ ਵੱਡੀਆਂ ਕਾਰਪੋਰੇਸ਼ਨ ਉਹਨਾਂ ਨੂੰ ਕੀ ਫਰਕ ਪੈਂਦਾ ਜ਼ਮੀਨ ਲੈਣ ਵਾਸਤੇ ਉਹ ਕੁਝ ਵੀ ਕਹਿ ਸਕਦੇ ਨੇ ਕੁਝ ਵੀ ਦੇ ਸਕਦੇ ਨੇ ਉਸ ਟ੍ਰਿੰਗ ਆਪਰੇਸ਼ਨ ਹੋ ਗਿਆ ਫੜੇਗਾ ਤੁਸੀਂ ਹਰੇਕ ਬੰਦੇ ਦੇ ਮਨ 'ਚ ਤਾਂ ਨਹੀਂ ਪਏ ਹੋਏ ਪਰ ਦੇ ਸੂਲਤ ਤਾਂ ਤੁਸੀਂ ਸਾਂਝ ਨਹੀਂ ਨਾ ਕਰ ਸਕਦੇ ਦੇ ਸੂਲਤ ਦੀ ਸਾਂਝ ਕਿਵੇਂ ਕਰੋਗੇ ਇਹਨਾਂ ਨੇ ਪੂਰਾ ਜੋਰ ਲਾਇਆ ਹੈ ਜਿਹੜੇ ਆਪਣੇ ਟਿਕਾਇਤ ਸਾਸੀ ਕਿ ਉਹਨਾਂ ਦੀ ਵੀ ਕਪੈਰ ਦੀ ਜੱਥੇਬੰਦੀ ਬਣਵਾਤੀ ਚਾਰ ਬੰਦੇ ਖੜੇ ਕਰਕੇ ਉਦੋਂ ਪਹਿਲਾਂ ਇਹਨਾਂ ਨੇ ਜੱਥੇਬੰਦੀਆਂ ਜਿਹਾ ਬਣਾ ਕੇ ਉਹ ਜਿਹੜੇ ਹਾਲਾਂਕਿ ਪੂਰੇ ਸੰਗ ਦੇ ਉਹਨਾਂ ਨੂੰ ਇੰਚਾਰਜ ਬਣਾਤਾ ਸੀ ਜਿਹੜੇ ਕਿਸਾਨ ਇਕੱਠੇ ਸੀਗੇ ਜੱਥੇਬੰਦੀਆਂ ਤੇ ਉਹ ਫਿਰ ਜਾ ਕੇ ਇਹਨਾਂ ਨਾਲ ਨਾਲ ਬੀਜਪੀ ਨਾਲ ਕਿ ਵੀ ਮੈਂ ਤਾਂ ਅਖੇ ਕਹਿੰਦਾ ਮੈਂ ਤਾਂ ਆਪਦਾ ਵੱਖਰਾ ਕਰ ਲਿਆ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਐਡਾ ਵੱਡਾ ਲੀਡਰ ਸੀ ਉਹਨੂੰ ਪੁੱਛਿਆ ਨਹੀਂ ਕਿਸੇ ਨੇ ਵੀ ਠੀਕ ਆ ਫਿਰ ਜੇ ਤੂੰ ਜਾ ਸੋ ਐ ਨਹੀਂ ਹੁੰਦਾ ਸਾਂਝ ਵੀ ਤੁਸੀਂ ਕਰਨੀ ਆ ਅਸੂਡਾਂ ਤੇ ਬਿਨਾ ਸੁਨਣਾਂ ਦੇ ਸਾਂਝ ਕਰੋਗੇ ਟਿਕ ਜੋ ਟਿਕ ਜੋ ਪੈਣਾ ਨਾ ਬਾਬਰੀ ਮਚਦਾ ਰਹੋ ਉਹ ਵੀ ਤਾਂ ਸਾਂਝ ਜਿਹੜੀ ਗੱਗੀ ਸੀ ਵੀ ਚੱਲ ਛੱਡ ਜਾ ਕੋਈ ਨਹੀਂ ਦੇ ਦੋ ਮੈਂ ਕਹਿਣਾ ਵੀ ਕਦੇ ਵੀ ਤੁਹਾਨੂੰ ਜਿੰਨਾ ਚਿਰਨ ਜੋ ਟੁੱਕ ਬੈਠ ਕੇ ਤੈਅ ਕਰਕੇ ਗੱਲ ਨਹੀਂ ਹੁੰਦੀ ਉਨਾ ਚਿਰ ਉਹੀ ਵੀ ਚੁੱਪ ਚੁੱਪ ਕਰ ਦਿਓ ਚੁੱਪ ਕਰ ਦਿਓ ਦੇਖ ਲਓ ਕੋਈ ਨਹੀਂ ਤੇਲ ਦੇਖੋ ਤੇਲ ਦੀ ਧਾਰ ਦੇਖੋ ਕੋਈ ਨਹੀਂ ਸਮਾਂ ਹੈ ਕਹਿੰਦੇ ਟਾਈਮ ਇਜ਼ ਅ ਗ੍ਰੇਟ ਹੀਲਰ ਹੈ ਨਹੀਂ ਗੜਨਾ ਹੁੰਦੀਆਂ ਨੇ ਜਿਹਨੀਆਂ ਉਹ ਵਿਅਕਤੀਗਤ ਝਗੜਿਆਂ ਤੱਕ ਨਹੀਂ ਫਿਰ ਹੋ ਜਾਂਦੀਆਂ ਨੇ ਜਿਹੜੇ ਕੌਮਾਂ ਦੇ ਝਗੜੇ ਹੁੰਦੇ ਨੇ ਇਹ ਤੇਲ ਦੇਖੋ ਤੇਲ ਦੀ ਧਾਰ ਦੇਖੋ ਨਾਲ ਨਹੀਂ ਹੱਲ ਹੁੰਦੇ ਇਹ ਇਹ ਕਹਿ ਕੇ ਕਿ ਨਹੀਂ ਹੁੰਦੇ ਵੀ ਦੇਖ ਲਓ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮਰਜ਼ੀ ਗੱਲ ਕਰ ਰਹਿੰਦਾ ਥੋੜੇ ਖਾਲਸਾ ਫਿਰ ਜੰਮੂੜਾ ਨਾਲ ਮਾਸ ਉਹਦਾ ਨੋਚ ਨੂੰ ਹਟ ਜਾਂਦੇ ਜਿਨੇ ਮਰਜ਼ੀ ਗੱਲ ਕਰਨਾ ਫਿਰ ਉਹਦੇ ਮੁੰਡੇ ਨੂੰ ਸ਼ਹੀਦ ਕਰਕੇ ਕਿ ਉਹਦਾ ਮਾਸ ਉਹਦੇ ਮੂੰਹ ਚ ਦੇਲ ਪਾਉਣ ਨੂੰ ਹਟ ਜਾਂਦੇ ਨਾਲ ਦੇ ਜਿਹੜੇ ਸਿੰਘਾਂ ਨੂੰ ਰੋਸ਼ਹੀਦ ਕਰਦੇ ਸੀ ਫਿਰ ਹਟ ਜਾਂਦੇ ਹਾਲਾਂਕਿ ਉਹ ਜੀਡੀ ਸਟੇਟ ਸੀ ਉਹਦਾ ਰੋਲ ਪਲੇ ਕਰ ਗਈ ਉਹਨੂੰ ਕੱਲਾ ਛੱਡਦਾ ਬੰਦਾ ਵਾਸਦਰ ਨੂੰ ਚ ਉਹਦੇ ਕੋਈ ਸਿੰਘਾਂ ਨੂੰ ਉਹਨਾਂ ਦੇ ਬਾਰੇ ਬਾਅਦ ਚ ਇਤਿਹਾਸ ਵੀ ਇਹ ਜਾਂ ਦਿਖਾਤਾ ਵੀ ਜੀ ਗੁਰੂ ਦਾ ਇਹ ਕਰਦਾ ਸੀ ਫਲਾਣਾ ਕਰਦਾ ਸੀ ਇੱਕ ਆਈਐਸ ਅਫਸਰ ਨੇ ਬਹੀ ਜੇ ਇਤਿਹਾਸ ਹੈ ਬਹੁਤ ਸੁਣਾ ਇੱਥੇ ਚੱਪੜ ਚੜੀ ਗਿਆ ਉਹ ਲੋਗੜ ਗਿਆ ਸਾਰੇ ਸਟੱਡੀ ਕਰਕੇ ਮੈਂ ਉਹ ਕਿਤਾਬ ਪੜ੍ਹੀ ਪੰਜਾਬੀ ਚ ਲਿਖੀ ਹੋਈ ਆ ਬਹੁਤ ਸੋਹਣੀ ਕਿਤਾਬ ਹੈ ਜਿਵੇਂ ਬਾਬਾ ਬੰਦਾ ਸਿੰਘ ਉਹ ਉਹਦੇ ਤੇ ਜੀ ਆਇਆ ਸੋ ਇਸ ਕਰਕੇ ਆਪਾਂ ਇਹ ਪੜਿਖਾ ਛੱਡਦੀਏ ਇਹ ਵਿਆਕੀ ਕਿਤੇ ਲੜਾਈਆਂ ਦਾ ਹੋਰ ਮਤਲਬ ਹੁੰਦਾ ਹੈ ਕਿ ਜਿਹੜੇ ਆਮ ਲੋਕਾਂ ਦੀ ਸਮੱਸਿਆ ਇਕੱਠੇ ਹੋ ਕੇ ਯੂਜਨ ਵਾਲੀ ਹੁੰਦੀ ਉਹ ਹੋਰ ਹੁੰਦਾ ਹੈ ਯੂਜਨ ਤੋਂ ਬਿਨਾ ਕਦੇ ਵੀ ਕਿਸੇ ਨੇ ਕੋਈ ਕਾਹੂ ਕੋ ਰਾਜ ਨਾ ਦੇ ਹੈ ਜੋ લે ਸੋ ਨਿਜ ਬਲ ਸੇ ਲੇ ਹੈ ਰਾਜ ਕਦੇ ਇਦਾਂ ਨਹੀਂ ਦਿੱਤਾ ਗਿਆ ਇਹ ਰਾਜ ਦੇ ਬਰਾबरी ਆ ਕਿਉਂ ਕਿਉਂਕਿ ਜਿਹੜੀਆਂ ਕਾਰਪੋਰੇਸ਼ਨਾਂ ਨੇ ਜਿਹੜਾ ਸਰਮਾਇਦਾਰ ਹੈ ਜਿਹੜਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਸੰਸਾਰ ਵਪਾਰ ਜਥੇਬੰਦੀ ਉਹ ਕਹਿੰਦੇ ਨੇ ਕਿ ਤੁਸੀਂ ਐਮਐਸਪੀ ਨਹੀਂ ਦੇਣੀ ਉਹ ਕਹਿੰਦੇ ਨੇ ਤੁਸੀਂ ਮੰਨੀਆਂ ਤੋੜੋ ਉਹ ਕਹਿੰਦੇ ਨੇ ਤੁਸੀਂ ਪ੍ਰਾਈਵੇਟਾਈਜ਼ ਕਰੋ ਵਪਾਰ ਨੂੰ ਸਾਰੇ ਨੂੰ ਜਾਂ ਦੇ ਤੁਸੀਂ ਉਹ ਕਹਿੰਦੇ ਨੇ ਬਲਕਿ ਤੁਸੀਂ ਐਮਐਸਪੀ ਦਾ ਛੱਡੋ ਸਬਸਿਡੀਅਮ ਵੀ ਖਤਮ ਕਰੋ ਖਾਦ ਤੇ ਵੀ ਕੀਟਨਾਸ਼ਕਾਂ ਤੇ ਵੀ ਉਹ ਕਹਿੰਨੀਆਂ ਨੇ ਵੀ ਜੇ ਮਾੜੇ ਕੀਟ ਨਸ ਤੇ ਦਿੱਤਾ ਤਾਂ ਐਕਸ਼ਨ ਨਾਲ ਉਹ ਹੁਣੀ ਤੁਸੀਂ ਸੁਣਿਆ ਹੋਊਗਾ ਮੇਰਾ خیال ਹੈ ਵੀ ਜਿਹੜੇ ਆਹ ਦਿੱਤਾ ਸੂਰਜਮੁਖੀ ਦਾ ਬੀਜ ਉਹ ਸਾਰੇ ਮਾੜਾ ਦਿੱਤਾ ਉਹ ਸੂਰਜਮੁਖੀ ਹੈ ਹੀ ਨਹੀਂ ਐਗਰੀਕਲਚਰ ਯੂ ਪਰ ਉਹਨਾਂ ਨੇ ਲਿਸੈਂਸ ਕਿਨੇ ਦਿੱਤਾ ਸਰਕਾਰ ਨੇ ਸਰਕਾਰ ਨੂੰ ਪੁੱਛੇ ਕੋਈ ਵੀ ਦੱਸੋ ਇਹ ਲਿਸੈਂਸ ਪਰ ਉਹਨਾਂ ਨੂੰ ਕਿਸੇ ਨੇ ਨਹੀਂ ਕੁਝ ਕਹਿਣਾ ਐਂ ਜੀ ਦੇਖੋ ਐਵੇਂ ਥੋੜਾ 12 ਕਿਲੋ ਸੋਨਾ ਇਕੱਠਾ ਹੋ ਜਾਂਦਾ ਇੱਕ ਪੀਸੀਐਸ ਅਫਸਰ ਕੋਲ ਇਹ ਮੁੜ ਕੇ ਆਈਏ ਤਾਂ ਪਰ ਮੋਟੀ ਸੀ 12 ਕਿਲੋ ਦੀਆਂ ਤਾਂ ਟਾਕਾ ਨਹੀਂ ਮਿਲਦੀਆਂ ਲੋਕਾਂ ਨੂੰ ਸੋਨਾ ਲਈ ਫਿਰਦਾ। ਸੋ ਇਸ ਕਰਕੇ ਤਾਂ ਇਹ ਵੀ ਖਾ ਛੱਡ ਦੀਏ। ਇਹਦੇ ਵਿੱਚ ਐਮਐਸਬੀ ਦੇ ਉੱਤੇ ਜੋ ਕੁਝ ਹੋਇਆ ਇਹ ਕਿਸਾਨਾਂ ਨੂੰ ਇਕੱਠੇ ਹੋਣਾ ਪਊ ਮੈਨੂੰ ਲੱਗਦਾ ਉਹ ਇਕੱਠੇ ਹੋਣਗੇ ਕਿਉਂਕਿ ਗੱਲਬਾਤ ਕਰ ਰਹੇ ਨੇ ਆਪਸ ਵਿੱਚ। ਇਹ ਠੀਕ ਹੈ ਉਹਨਾਂ ਦਾ ਇੱਕਾ ਟੁੱਟਿਆ ਹੋਇਆ ਹੈ। ਇਹ ਠੀਕ ਹੈ ਉਹਨਾਂ ਦੇ ਵਿੱਚ ਮਤ ਭੇਜਦੇ ਨੇ। ਇਹ ਠੀਕ ਹੈ ਵੀ ਜਿਹੜਾ ਜਿਹੜੀ ਬਰੰਦੀ ਤਰ੍ਹਾਂ ਉਹ ਬਹੁਤ ਤਕੜੀ ਆ। ਹੁਣ ਤੁਸੀਂ ਦੇਖੋ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਹਾਂ ਜੀ। ਅਪ੍ਰੈਜ਼ਡੈਂਸੀ ਦੀ ਚੋਣ 'ਚ ਬੀਜੇਪੀ ਨੇ ਸਾਰੇ ਵਿਰੋਧੀ ਤਰਨ ਨੂੰ ਖਖੜੀਆਂ ਕਰੇ ਲੈ ਕਰਤਾ ਕਾਫਤਾ ਕਿ ਨਹੀਂ ਕਿਸਾਨਾਂ ਨੂੰ ਇਦਾਂ ਕਰ ਸਕੇ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਹੀ ਕਿਸਾਨਾਂ ਨੂੰ ਇਦਾਂ ਕਰਿਆ ਜਿਵੇਂ ਵਿਰੋਧੀ ਤਰਦਾ ਜੋ ਹਾਲ ਕਰਤਾ ਪ੍ਰੈਜ਼ਡੈਂਸੀ ਚੋਣ ਵਾਸਤੇ ਨੰਤਮਸਕ ਕਰਾ ਲੈ ਸਾਰੇ ਚਾਹੇ ਉਹ ਉਦੂ ਬਠਾਕ ਰਿਹਾ ਹੈ ਚਾਹੇ ਉਹ ਮਮਤਾ ਬੈਂਰਜੀ ਹੈ ਚਾਹੇ ਉਹ ਅਕਾਲੀ ਨੇ ਚਾਹੇ ਉਹ ਝਾਰਖੰਡ ਵਾਲੇ ਨੇ ਚਾਹੇ ਉਹ ਨਿਤਿਸ਼ ਬਾਊ ਨੇ ਚਾਹੇ ਉਹ ਮਹਾਵਤੀ ਕੋਈ ਵੀ ਕਰਤਨਾ ਤਰ੍ਹਾਂ ਸਹੀ ਕਈਆਂ ਦੇ ਹੁੰ ਟੋੜ ਦੇ ਕਿ ਉਹ ਤਾਂ ਸਿਆਸਦਾਨ ਨੇ ਨਾ ਇਹ ਤਾਂ ਇੱਕ ਵਕਤੀ ਵੋਟ ਦੀ ਗਲਤੀ ਸੀ ਨਾ ਪਰ ਕਿਸਾਨਾਂ ਨੂੰ ਉਸ ਤਰ੍ਹਾਂ ਨਹੀਂ ਟੁੱਟ ਅੱਡੋ ਫੱਟੀ ਕਰ ਸਕਿਆ ਜਿਵੇਂ ਡਾਕਟਰ ਸਾਹਿਬ ਮੇਰਾ ਅਗਲਾ ਸਵਾਲ ਜੀ ਰਾਗਬ ਚੱਡਾ ਅੱਜ ਆ ਪੰਜਾਬ ਸਰਕਾਰ ਦੇ ਵਿੱਚੋਂ ਵੀ ਆਵਾਜ਼ਾਂ ਉੱਠ ਰਹੀਆਂ ਐ ਕਿ ਜਿਹੜੀ ਐ ਐਮਐਸਪੀ ਦੀ ਕਮੇਟੀ ਹੈ ਇਹਦੇ ਵਿੱਚ ਸਾਨੂੰ ਵੀ ਨੁਮਾਇੰਦਗੀ ਦਿੱਤੀ ਜਾਏ ਸਾਨੂੰ ਵੀ ਸ਼ਾਮਲ ਕੀਤਾ ਜਾਏ ਕਿਉਂ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਕੀ ਇਹ ਪੈਂਤੜਾ ਸਹੀ ਹੈ ਜਾਂ ਫਿਰ ਇਹਦਾ ਵਿਰੋਧ ਉਸ ਢੰਗ ਨਾਲ ਕਰਨਾ ਚਾਹੀਦਾ ਸੀ ਜਿਵੇਂ ਕਿਸਾਨ ਕਰ ਰਹੇ ਨੇ ਸਟੈਂਡ ਰੱਖਣਾ ਚਾਹੀਦਾ ਸੀ ਉਹ ਪੱਖ ਦੇ ਦੇਖੋ ਜਿੱਥੇ ਕੋ ਸਵਾਲ ਹੈ ਸਰਕਾਰ ਦੇ ਤੌਰ ਤੇ ਆਪ ਪਾਰਟੀ ਜਾਂ 라ਗਵ ਚੱਡਾ ਕੀ ਕਹਿੰਦੇ ਨੇ ਦਿੱਲੀ ਚ ਕੀ ਕਹਿੰਦੇ ਨੇ ਵੀ ਸਾਨੂੰ ਸ਼ਾਮਲ ਕਰੋ ਜਾਂ ਨਾ ਕਰੋ ਸ਼ਾਮਲ ਹੋ ਲੈਣ ਫਿਰ ਫਿਰ ਕੀ ਉਹ ਮਨਾਲ ਲੈਣਗੇ ਤੁਹਾਡੇ ਖਿਆਲ ਕਹਤਾ ਕਹਿੰਦੇ ਵੀ ਸਾਡਾ ਵੀ ਉਹੀ ਪੈਰ ਤਰਾ ਜਾ ਹੋ ਜੇ ਰਾਗੋ ਚੰਡਾ ਜਾ ਕੇ ਥੋੜੇ ਖਾਲ ਚ ਰਾਗੋ ਚੰਡਾ ਬੀਜੇਪੀ ਦੇ ਆ ਚਲੋ ਘਿੰਟੀ ਦੇ ਤੌਰ ਤੇ ਵੀ ਲਾੜੋ ਮੰਨ ਲੋ ਰਾਗੋ ਚੰਡਾ ਕਿਸਾਨਾਂ ਦੇ ਹੱਕ ਚ ਵੀ ਵੋਟ ਪਾ ਲੈਂਦਾ ਪਰ ਇਹ ਵੀ ਮੰਨ ਲੋ ਤਾਂ ਵੀ ਚਾਰੀ ਰਹਿ ਗਏ ਨਾ ਸੱਤ ਨਹੀਂ ਉੱਧਰ ਚੇਰਮੈਨ ਵੀ ਉੱਧਰ ਹੈ ਚੇਰਮੈਨ ਕੋਲ ਤਾਂ ਵੈਸੀ ਕਾਸਟਿੰਗ ਵੋਟ ਹੁੰਦੀ ਹੈ ਆਪਾਂ ਇਹ ਗੱਲ ਰਾਗੋ ਚੰਡਾ ਦਾ ਕਹਿਣਾ ਉਹ ਇੱਕ ਮਤਲਬ ਹਰ ਇੱਕ ਬੰਦਾ ਉਂਗਲੀ ਤੇ ਨਾ ਖੂਨ ਵਾ ਕੇ ਸਿੱਧਵਾਨਣਾ ਚਾਹੁੰਦਾ ਹੁੰਦਾ ਹੁਣ ਆਪਾਂ ਲਈ ਕਹਿੰਦੇ ਵੀ ਅਸੀਂ ਇਹ ਤੱਕ ਰਹੀਏ ਆ ਵੀ ਲੋਕਾਂ ਨੂੰ ਆਇਤਾ ਦਿਖਾਈਏ ਵੀ ਅਸੀਂ ਪੰਜਾਬ ਦੇ ਹੱਕ ਚ ਇਹ ਕੋਈ ਐਮਐਸਪੀ ਕਮੇਟੀ ਜਾ ਕੇ ਪੰਜਾਬ ਦੇ ਬਲਕਿ ਮੈਂ ਕਹਾਂਗਾ ਜੇ ਆਪ ਪਾਰਟੀ ਪੰਜਾਬ ਦੀ ਸਰਕਾਰ ਦੇ ਆਪ ਪਾਰਟੀ ਦੇ ਤੌਰ ਤੇ इवन ਆਪ ਪਾਰਟੀ ਪੰਜਾਬ ਦੀ ਦੇ ਤੌਰ ਤੇ ਰਾਗਵ ਚੱਡਾ ਨੂੰ ਲਿਆ ਜਾਂਦਾ ਹੈ ਤਾਂ ਮੈਂ ਕਹਾਂਗਾ ਉਹ ਨੁਕਸਾਨ ਹੈ ਕਿਸਾਨਾਂ ਦਾ ਉਹ ਕਹਿੰਗਾ ਦੇਖੋ ਅਸੀਂ ਤਾਂ ਪੰਜਾਬ ਦੀ ਜਿਹੜੀ ਰਾਜਕਾਰੀ ਪਾਰਟੀ ਉਹਦਾ ਵੀ ਨਮਾਇਦਾ ਲਿਆ ਹੋਇਆ ਹੁਣਾਂ ਤਾਂ ਉਹੀ ਹੈ ਜੋ ਉਹਨਾਂ ਨੇ ਕਰਨਾ ਸਮਝੀਏ ਨਾ ਹੁਣ ਉਹ ਹੀ ਜੋ ਕਰੇਗਾ ਖਾਲਸਾ ਪੰਥ ਨਹੀਂ ਆ। ਉਹਨਾਂ ਨੇ ਆਪਦਾ ਪੰਥ ਬਣਾਇਆ ਹੋਇਆ। ਉਹ ਜਿਹੜਾ ਆਰਐਸਐਸ ਦਾ ਪੰਥ ਕਰੇਗਾ, ਬੀਜੇਪੀ ਦਾ ਪੰਥ ਕਰੇਗਾ, ਗੱਲ ਉਹੀ ਹੋਣੀ ਆ। ਅੱਜ ਤੁਸੀਂ ਪੜੀ ਲਿਆ ਹੋਣਾ ਵੀ ਹੁਣ ਅਸੀਂ ਨੋਟ ਦੇ ਉੱਤੇ ਜਿਹੜੀ ਫੋਟੋ ਆਇਆ ਉਹ ਹੁਣ ਅਸੀਂ ਮਹਾਤਮਾ ਗਾਂਧੀ ਵਾਲੀ ਲਾ ਦੇਣੀ ਆ। ਖੁਣਸੀ ਟਗੋਰ ਸਾਹਿਬ ਦੀ ਤੇ ਆਪਣਾ ਕੜਾਮ ਸਾਹਿਬ ਦੀ ਛਪਣੀ ਆ। ਤੋ ਹੋਰ ਮੜਾ ਕੁਝ ਹੋਣਾ। ਇੱਕ ਦਿਨ ਆ ਜਾਊਗਾ ਵੀ ਅਸੀਂ ਸੰਦਾਨ ਤਾਂ ਹੁਣ ਕੰਮ ਨਹੀਂ ਦੇ ਰਿਹਾ ਸੀ ਸੰਦਾਨ ਨੂੰ ਬਦਲ ਦੇਣਾ ਜਿਸ ਪਾਸੇ ਸਾਡਾ ਸਿਸਟਮ ਔਰ ਪੋਲੀਟਿਕਲ ਪਾਰਟੀਆਂ ਜਾਣ ਨਹੀਂ ਹੈ ਬਿਲਕੁਲ ਬੋਲਣ ਨੂੰ ਯਾਰ ਨਹੀਂ ਕਿਉਂਕਿ ਸਾਰੀਆਂ ਗੱਦੀਆਂ ਦੀਆਂ ਭੁੱਖੀਆਂ ਨੇ ਆ ਕਾਂਗਰਸ ਹੀ ਕਿਵੇਂ ਪਲਝ ਬੱਜ ਕੇ ਕਹਿੰਦੇ ਆਪ ਬੀਜੇਪੀ ਕੋਲ ਬੀਜੇਪੀ ਨੂੰ ਐਵੇਂ ਨਹੀਂ ਜਿੰਨਾ ਚਿਰ ਕਿਸਾਨ ਅੰਦੋਲਨ ਚੱਲਿਆ ਬੀਜੇਪੀ ਨੇ ਹਿੰਮਤ ਨਹੀਂ ਕੀਤੀ ਕੋਈ ਪੱਠਾ ਵੱਡਾ ਵੱਡਾ ਕਾਨੂੰਨ ਦੇਉਂਦੀ ਐਨਆਰਸੀ ਸੀਏ ਤੇ ਵੀ ਬਹੁਤਾ ਨਹੀਂ ਕੁਝ ਕਰ ਸਕੇ ਜਾਦੋਂ ਅੰਦੋਲਨ ਚੱਕਿਆ ਗਿਆ ਦੇਖੋ ਫਿਰ ਤੁਸੀਂ ਕਿਵੇਂ ਘਿੰਨਾ ਕਾਨੂੰਨ ਕਿਨੇ ਆਏ ਨੇ ਘਿੰਨੋ ਕੀ ਕੁਛ ਹੋਇਆ ਇੱਕ ਰੌਲਾ ਹੋਰ ਹੈ ਡਾਕਟਰ ਸਾਹਿਬ ਕੇ ਕੌਂਸਲ ਦਾ ਤੁਸੀਂ ਦੇਖਿਆ ਹੋਣਾ ਕਿ ਮੀਟਿੰਗ ਤੋਂ ਬਾਅਦ ਫੈਸਲਾ ਹੋ ਗਿਆ ਕਿ 5% ਜੀਐਸਟੀ ਲਾ ਦੇਣਾ ਆਟੇ ਤੇ ਦੁੱਧ ਤੇ ਦਹੀਂ ਤੇ ਜ ਉਹਨੂੰ ਲੈ ਕੇ ਵੀ ਜਾ ਰਹੇ ਲੇਕਿਨ ਵਧਾ ਰਹੇ ਨੇ ਜਾਣਬੁੱਝ ਕੇ ਸੂਬਿਆਂ ਦੀ ਸਲਾਹ ਤੋਂ ਬਿਨਾਂ ਜੀਐਸਟੀ ਇਹੋ ਜਿਹਾ ਫੈਸਲਾ ਨਹੀਂ ਲੈਂਦੀ ਵਿੱਤ ਮੰਤਰੀਆਂ ਨੂੰ ਵਿੱਚ ਰੱਖਿਆ ਜਾਂਦਾ ਉਹਨਾਂ ਨੂੰ ਪੁੱਛੇ ਬਗੈਰੇ ਨਹੀਂ ਹੋ ਸਕਦਾ ਤੇ ਉਹਨਾਂ ਨੂੰ ਪੁੱਛ ਕੇ ਕੀਤਾ 5% ਨੂੰ ਲੈ ਕੇ ਲੋਕ ਵਿਚਾਰੇ ਮੱਥੇ ਤੇ ਹੱਥ ਮਾਰ ਰਹੇ ਨੇ ਕਿ ਹੁਣ ਅਸੀਂ ਕਰੀਏ ਕੀ ਸਰਕਾਰਾਂ ਜਿਹੜੀਆਂ ਨੇ ਇਹਦੇ ਸੂਬੇ ਦੀਆਂ ਉਹ ਕੋਈ ਕਦਮ ਚੁੱਕਣ ਜਾਂ ਫਿਰ ਕੋਈ ਉਹ ਇਹੋ ਜਿਹਾ ਸੁਨੇਹਾ ਦੇਣ ਕੋਈ ਅੰਦੋਲਨ ਟਾਈਪ ਦਾ ਕੁਝ ਕਿ ਲੋਕਾਂ ਦੇ ਉੱਤੇ ਤੁਸੀਂ 25 ਕਿਲੋ ਤੋਂ ਥੱਲੇ ਆਟਾ ਤਕਰੀਬਨ ਪੈਕੇਜਿੰਗ 25 ਕਿਲੋ ਜਾਂ 10 ਕਿਲੋ ਦੀ 20 ਕਿਲੋ ਦੀ ਲੋਕ ਪੈਕੇਜਿੰਗ ਲੈਂਦੇ ਨੇ ਤੇ 5% ਉਹਦੇ ਉੱਤੇ GST ਲਾ ਰਹੇ ਤੇ ਨਾਲੋਂ ਨਾਲ ਜਿਹੜੀ ਮਾਰ ਹੁਣ ਪੈਣੀ ਆ ਚੱਕੀਆਂ ਨੂੰ ਜਾਂ ਹੋਰ ਪਾਸੇ ਉਹ ਉਹ ਤੁਹਾਡੇ ਸਾਹਮਣੇ ਦੇਖੋ ਬਿਲਕੁਲ ਠੀਕ ਹੈ ਨਾ ਸੁਖਿੰਦਰ ਜੀ ਤੁਸੀਂ ਇਹ ਤਾਂ ਕੰਮ ਹੀ ਇਹੀ ਹੈ ਸਾਦੀਪੁਰੀ ਤੇ ਇਕੱਠਾ ਹੈ ਵੀ ਸਾਰੀਆਂ ਚੱਕੀਆਂ ਬੰਦ ਕਰ ਦਿਓ ਛੋਟੇ ਛੋਟੇ ਜਿਹੜੇ ਚੱਕੀ ਤੋਂ ਉੱਪਰ ਇੱਕ ਮਸ਼ੀਨ ਹੁੰਦੀ ਹੈ ਜਿਹੜੀ ਆਟਾ ਥੋੜਾ ਜਿਹਾ ਜ਼ਿਆਦਾ ਪੀਂਦੀ ਹੈ ਹੈ ਤੇ ਉਹ ਵੀ ਬੰਦ ਕਰ ਦਿਓ ਕਿਉਂਕਿ ਉਹ ਵੀ ਬਹੁਤ ਵੱਡੇ ਤਕੜੇ ਬੰਦੇ ਨਹੀਂ ਲਾਏ ਹੁੰਦੇ ਉਹ ਛੋਟੇ ਜਿਹੜੇ ਨਾ ਚੰਗੇ ਚੱਲਦੇ ਪੁਰਜੇ ਲਾਲੇ ਨੇ ਮੰਡੀਆਂ ਚ ਉਹਨਾਂ ਨੇ ਲਾਏ ਹੁੰਦੇ ਨੇ ਛੋਟੀ ਚੱਕੀ ਤਾਂ ਬਹੁਤ ਬਹੁਤ ਥੋੜੇ ਆਲੇ ਥੱਲੇ ਵਾਲੇ ਬੰਦੇ ਨੇ ਲਾਈ ਹੁੰਦੀ ਐ ਉਦੋਂ ਅੱਗੇ ਉਹਨੇ ਲਾਈ ਹੁੰਦੇ ਨੇ ਉਹ ਬੋਰੀਆਂ ਬਾਰੀਆਂ ਉੱਥੇ ਨਹੀਂ ਥੁਲੀਆਂ ਭਰ ਕੇ ਦੇਚਦਾ ਰਹਿੰਦਾ ਇਹ ਕਹਿੰਦੇ ਸਾਰੇ ਕੋਲੂ ਬੰਦ ਸਾਰੀਆਂ ਚੱਕੀਆਂ ਬੰਦ ਸਾਰੀਆਂ ਬੇਲਣੀਆਂ ਬੰਦ ਸਾਰੀਆਂ ਰੂਪਿੰਜਨੀਆਂ ਬੰਦ ਸਾਰਾ ਕੱਪੜੇ ਵਾਲੇ ਛੋਟੇ ਛੋਟੇ ਜਿਹੜੇ ਹੈਗੇ ਨੇ ਕਾਰਖਾਨੇ ਉਹ ਬੰਦ ਇਹ ਹੁਣ ਸਾਰੇ ਦਾ ਸਾਰਾ سرمایہਦਾਰਾਂ ਦਾ ਵੱਡਾ ਕੰਮ ਚੜੂ ਵੱਡੀਆਂ ਮਸ਼ੀਨਾਂ ਨਾਲ ਆਪੇ ਹੋਊਗਾ ਮਜ਼ਦੂਰੀ ਬੰਦ ਤੁਸੀਂ ਭੁੱਖੇ ਮਰਦੇ ਹੋ ਸਾਡੇ ਕੋਲ ਹਾੜੇ ਕੱਢੋ ਅਸੀਂ ਤੁਹਾਨੂੰ ਕਹਾਂਗੇ ਹਾਂ ਤੁਹਾਨੂੰ ਅੱਧਾ ਕਿਲੋ ਆਟਾ ਦੇ ਦਿਆ ਕਰਾਂਗੇ ਅਸੀਂ ਤੁਹਾਡੇ ਜੀਵਨ ਦਾਤਾ ਬਣਾਂਗੇ ਮੈਂ ਛੋਟੀ ਜਿਹੀ ਇੱਕ ਉਦਾਹਰਨ ਦਿੰਦਾ ਇਹਦੇ ਵਿੱਚ ਕਿਉਂ ਕਿਸਾਨ ਹੈ ਇਹ ਕੋਈ ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ 2006 ਦੀ ਕਰ ਰਿਹਾ 2006 ਤੱਕ ਕਿਸੇ ਨੂੰ ਨਹੀਂ ਪਤਾ ਸੀ ਨਾ ਕਾਨੂੰਨ ਆਉਣੇ ਨੇ ਕਿਉਂਕਿ ਮੈਂ ਇੱਕ ਉਸ ਕਮਿਊਨਿਟੀ ਨੂੰ ਬਣਾਉ ਕਰਨਾ ਜਿੱਥੇ ਮੈਨੂੰ ਪਤਾ ਵੀ ਇਹ ਗੰਮ ਕਿੱਧਰ ਨੂੰ ਜਾਊਗੀ ਇਹ ਲੁੱਟ ਹੋਊ ਕਿਵੇਂ ਸਾਡੇ ਕੋਲੇ ਯੂਨੀਵਰਸਿਟੀ ਦੀ 157 ਏਕੜ ਜ਼ਮੀਨ ਸੀ ਬਾਬਾ ਫਰੀਦ ਯੂਨੀਵਰਸਿਟੀ ਤੇ 250 ਏਕੜ ਸੀ ਮੈਡੀਕਲ ਕਾਲਜ ਦੀ 307 ਏਕੜ ਜ਼ਮੀਨ ਦੇ ਉੱਤੇ ਕੋਈ ਆ ਗਿਆ ਬਾਹਰ ਦਾ ਵਾਈਸ ਚਾਂਸਰ ਨਾਲ ਕਹਿਣ ਲੱਗਿਆ ਵੀ ਤੁਸੀਂ ਇਹ ਜਮੀਨ ਜਮੂਨ ਥੋਤੋ ਤਾਂ ਸਮਝੀ ਨਹੀਂ ਥੋਤੋ ਤਾਂ ਇੱਥੇ ਕੁਝ ਹੁੰਦਾ ਨਹੀਂ ਅਸੀਂ ਕਰਜਾ ਕਰਾਂਗੇ ਇਹਦੇ ਤੇ ਕਿ ਅਸੀਂ ਫਰੀਦਕੋਟ ਦੇ ਲੋਕਾਂ ਨੂੰ ਸ਼ਹਿਰ ਦੇਆਂ ਨੂੰ ਮੁਫਤ ਇਲਾਜ ਕਰਦਿਆ ਕਰਾਂਗੇ ਸਬਸਿਡਾਈਜ਼ ਕਰਦਾਂਗੇ ਠੀਕ ਹੋ ਗਿਆ ਮੈਨੂੰ ਵੈ ਚਾਂਸ ਸਾਵਨੇ ਗੱਲ ਕਰੀ ਹੋਈ ਐ ਮੈਂ ਕਿਹਾ ਆਹੋ ਜੀ ਮੈਂ ਕਿਹਾ ਜਿਹੜਾ ਲਾਲਾ ਜ਼ਮੀਨ ਕਿਸੇ ਦੀ ਨਹੀਂ ਚਾਹੁੰਦਾ ਹੁੰਦਾ ਜੱਟ ਨੂੰ ਕਹਿੰਦਾ ਤੇਤੋਂ ਤਾ 100 ਕਿੱਡਾ ਪਿਆ ਤੇਤੋਂ ਤੋ ਵਾਹੀ ਨਹੀਂ ਜਾਂਦੀ ਤੂੰ ਤਾਂ ਬੰਜਰ ਰੱਖ ਰખી ਐ ਤੂੰ ਤਾਂ ਨਾ ਇੱਥੇ ਟਿਊਬ ਲਾ ਸਕੇ ਨਾ ਇੱਥੇ ਵੱਡਾ ਡਾਇਰੈਕਟਿਵ ਚਲਾ ਸਕੇ ਤੂੰ ਆਇਆ ਕਰ ਮੈਨੂੰ ਦੇ ਦੇ ਤੈਨੂੰ ਖਾਨਜੋਗੇਦਾਨੇ ਦੇ ਦਿਆ ਕਰਾਂਗਾ ਕਹਿੰਦੇ ਕੀ ਮਤਲਬ ਮਾਝੂ ਮਤਲਬ ਵੀ ਇਹ ਐ ਵੀ ਤੈਨੂੰ 100 ਸਾਤ ਏਕੜ ਜ਼ਮੀਨ ਬਿਲਡਿੰਗਾਂ ਬਣੀਆਂ ਸਾਰਾ ਕੁਝ ਉਹਨਾਂ ਨੂੰ ਸੁਭਾਦੋ ਅਸੀਂ ਜੀ ਫਰੀਦਕੋਟ ਦੇ ਲੋਕਾਂ ਦਾ ਇਲਾਜ ਕਰਦਿਆ ਕਰਾਂਗੇ ਉਹ ਨਾਲੇ ਯੂਨੀਵਰਸਿਟੀ ਫਰੀਦਕੋਟ ਕਰਨੇ ਵਾਸਤੇ ਵੀ ਆ। ਇਹ ਯੂਨੀਵਰਸਿਟੀ ਪੰਜਾਬ ਦੀ ਹੈ। ਇਹ ਹਸਪਤਾਲ ਪੰਜਾਬ ਸਰਕਾਰ ਨੇ ਬਣਾਇਆ ਹੈ। ਇਹਦੇ ਚੋਂ ਥਾਂ ਥਾਂ ਤੋਂ ਲੋਕ ਆਉਂਦੇ ਨੇ ਪੂਰੇ ਰੀਜਨ ਦੇ। ਸੋ ਉਹ ਮੈਂ ਮਤਲਬ ਅਸੀਂ ਇਹ ਸੋਚ ਕੇ ਕੌਂਸ਼ੀਅਸਲੀ ਰੋਕਿਆ। ਉੱਥੇ ਇਹ ਵੀ ਗਲਤੰਧ ਕਰਦੀ ਨੇ ਸਾਰੇ। ਇਹਨਾਂ ਨੇ ਜੀਐਸਟੀ ਜਿਹੜਾ ਤੁਹਾਡਾ ਇਹ ਹੈ ਕੌਂਸਲ ਦੇ ਵਿੱਚ ਜਦ ਮਨਪ੍ਰੀਤ ਬਾਦਲ ਗਿੱਧਾ ਪਾਉਂਦਾ ਸੀ ਨਾ ਵੀ ਜੀਐਸਟੀ ਚੰਗਾ ਹੋ ਗਿਆ। ਅਸੀਂ ਉਦੋਂ ਕਿਹਾ ਸੀ ਵੀ ਇਹਨੂੰ ਗੱਲ ਸਮਝ ਹੀ ਨਹੀਂ ਆਉਂਦੀ। ਇਹ ਤਾਂ ਹੁਣ ਐ ਹੈ ਵੀ ਕਪਲਟ ਬੋਲਣ ਜਾਂਦਾ ਹੈ ਉਰਦੂ ਚੰਗਾ ਬੋਲਦੂਗਾ ਆਚਾਰ ਕਪਲਟ ਬੋਬ ਕੱਲੇ ਕਪਲਟ ਬੋਲਣ ਨਾਲ ਕੁਝ ਨਹੀਂ ਹੁੰਦਾ ਹੁੰਦਾ ਥੋੜਾ ਜਿਹੜਾ ਇਥੇ ਕਰਕੇ ਬਾਬੇ ਨਾਨਕ ਨੇ ਕਿਹਾ ਇਹ ਜਿਹੜੇ ਕਪਲਟ ਬੋਲਣ ਵਾਲੇ ਨੇ ਇਹਨਾਂ ਬਾਰੇ ਕਿਹਾ ਜਗ ਗਿਆਨੀ ਵਿਰਲਾਚਾਰੀ ਇਹ ਗਿਆਨ ਤਾਂ ਬੜਾ ਹੈ ਇਹਨਾਂ ਨੂੰ ਆਚਾਰ ਨਹੀਂ ਹੈ ਇਹਨਾਂ ਦਾ ਉਹੇ ਜਿਹਾ ਕਿਉਂਕਿ ਨੂੰ ਪਤਾ ਨਗਦਾ ਵੀ ਉਹ ਕੀ ਰਿਹਾ ਨਾ ਸੋਚਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਨੱਕ ਚ ਦਮ ਹੋ ਗਿਆ ਸੀ ਇਸੇ ਮਨਪ੍ਰੀਤ ਬਾਦਰ ਦੇ ਜਿਹੜਾ ਵਿੱਤ ਮੰਤਰੀ ਸੀ ਪੰਜਾਬ ਦਾ ਉਸੇ GST ਤੇ ਜਿੱਤੇ ਗਿੱਦਾ ਪਾਉਂਦਾ ਸੀ GST ਕਾਉਂਸਲ ਦੇ ਵਿੱਚ ਪਹਿਲੀ ਗੱਲ ਸਟੇਟਾਂ ਦੀ ਕੋਈ ਬਹੁਤੀ ਪੁੱਛਣੀ ਐ ਠੀਕ ਐ ਹੈਗੀ ਉਹ ਇਕੱਠੀ ਦੂਜੀ ਗੱਲ ਕੀ ਐ ਸਾਰੀਆਂ ਸਟੇਟਾਂ ਇਕੱਠਿਆ ਤੁਸੀਂ ਪ੍ਰੈਜ਼ੀਡੈਂਟ ਨੇ ਉਹ ਚੋਣ ਦੇ ਉੱਤੇ ਨਹੀਂ ਦੇਖ ਲਿਆ ਉੱਥੇ ਇਕੱਠੀ ਨਹੀਂ ਹੁੰਦੇ ਹਰ ਇੱਕ ਦੇ ਆਪਣੇ ਹਿੱਤ ਨੇ ਕਿਉਂਕਿ ਉਹ ਕਹਿੰਦਾ ਜਿਹੜਾ ਨਮਾਇਦਾ ਉੱਥੇ ਬੈਠਾ ਹੈ ਬੈਠਾ ਤਾਂ ਕੋਈ ਬੰਦਾ ਹੀ ਐ ਨਾ ਉਹਦੇ ਵਾਲਾ ਐ ਕਰਦੇ ਨੂੰ ਤੂੰ ਮੰਨਣਾ ਕਿ ਨਹੀਂ ਮੰਨਣਾ ਨਹੀਂ ਫਿਰ EDI ਬੋਤੇ ਕਾਨੇ ਨੇ ਇਹ ਤਾਂ ਕੋਈ ਦੋਰਾ ਹੀ ਨਹੀਂ ਪਾਰਟੀਆਂ ਚ ਨਹੀਂ ਹਿੰਮਤ ਨਹੀਂ ਵੀ ਐਜੀਟੇਸ਼ਨ ਕਰਦੀ ਪਾਰਟੀ ਦਾ ਕਾਂਗਰਸ ਨਹੀਂ ਐਜੀਟੇਸ਼ਨ ਕਰ ਸਕਦੀ ਅੱਜ ਭਾਜਪਾ ਤੋਂ ਬਾਅਦ ਜੇ ਪੂਰੇ ਮੁਲਕ ਚ ਸਭ ਤੋਂ ਵੱਡੀ ਪਾਰਟੀ ਹੈ ਕੋਈ ਤਾਂ ਕਾਂਗਰਸ ਹੀ ਹੈ ਬਾਕੀ ਟੱਪ ਦੇ ਆਪਣੇ ਖੇਤਰ ਚ ਨੇ ਤੁਝ ਕਾਂਗਰਸ ਨਹੀਂ ਐਜੀਟੇਸ਼ਨ ਕਰ ਸਕਦੀ ਮਮਤਾ ਬੇਨਰਜੀ ਐਡੇ ਵੱਡੀ ਜਿੱਤ ਕਰਨ ਤੋਂ ਬਾਅਦ ਜਿਵੇਂ ਐਨ ਚੁੱਪ ਕਰਕੇ ਨਰਤਮਸਤ ਹੋਈ ਰਹਿੰਦੀ ਹੈ ਕਦੇ ਕਦੇ ਆਪਣੀ ਹੋਂਦ ਜੀ ਦਿਖਾਉਂਦੀ ਹੈ ਕਿਉਂ ਕਿਉਂਕਿ ਚੋਣ ਉਹਨੇ ਜਿਹੜੀ ਲੜੀ ਵੀ ਮੈਂ ਸੀਐਮ ਰਹਿ ਜਾ ਉਹ ਬਾਈਲ ਇਕਸ਼ਨ ਨਹੀਂ ਨਹੀਂ ਕਰਾਉਣੀ ਸੀ ਬੀਜੇਪੀ ਨੇ ਉਹਨੂੰ ਆਨ ਬਦੀਨ ਕਰਦੇ ਇਹ ਗੱਲ ਆਪਾਂ ਸਮਝ ਲਈਏ ਸੋ ਜਦ ਤੁਸੀਂ ਜੀਐਸਟੀ ਦੀ ਗੱਲ ਕਰਦਾ ਉਹ ਨਜ਼ਾਇਜ਼ ਕਰਿਆ ਹੈ ਜੀਐਸਟੀ ਡਾ ਕੇ ਜਿੰਨਾ ਵਸਤਾਂ ਤੇ ਲਾਇਆ ਹੈ ਨਜ਼ਾਇਜ਼ ਕਰਿਆ ਕਿਵੇਂ ਤੁਸੀਂ ਲੋਕਾਂ ਨੂੰ ਫਸਾਉਂਦੇ ਕਿਵੇਂ ਹੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਤੁਹਾਡਾ ਪੈਸਾ ਬੈਂਕ ਚ ਹੀ ਆਊਗਾ ਜਿੰਨਾ ਵੀ ਤੁਸੀਂ 2000 ਰੁਪਇਆ ਦਿੰਨੇ ਹੋ 4 ਮਹੀਨਿਆਂ ਬਾਅਦ 6000 ਰੁਪਏ ਦਿੰਨਾ ਸਾਲ ਚ ਕਿਸਾਨ ਨਿਜੀ ਉਹਨੂੰ ਕਹਿੰਦੇ ਕਿਸਾਨ ਸਨਮਾਨ ਨਿਜੀ ਉਹ ਯਾਰ 6000 ਦਾ ਅਜ ਕਲਾਗਲਾ ਸ਼ਗਨ ਪਾ ਦਿੰਦਾ ਤਕੜੇ ਬੰਦੇ ਪਾਉਂਦੀ ਨੇ 5100 600 7300 ਤੁਸੀਂ ਕਹਿੰਦੇ ਇਹ ਸਨਮਾਨ ਹੈ ਇਹ ਸਨਮਾਨ ਹੈ 6000 ਜਾਊਗਾ ਬੈਂਕ ਚ ਫਿਰ ਤੁਸੀਂ ਬੈਂਕ ਚ ਕਢਾਣਾ ਹੈ ਬੈਂਕ ਚੋਂ ਕਢਾਣੇ ਤੁਹਾਨੂੰ ਚੱਕ ਬੁੱਕ ਚਾਹੀਦੀ ਆ ਕਿਉਂਕਿ ਪੇਮੈਂਟ ਤੁਸੀਂ ਕਿਸੇ ਨੂੰ ਕਰਨੀ ਆ ਚੈੱਕ ਰਾਹੀਂ ਕਰਨੀ ਆ ਚੈੱਕ ਬੁੱਕ ਦੇ ਉੱਤੇ ਤੁਹਾਨੂੰ ਟੈਕਸ ਲੱਗੂ ਯਾਨੀ ਕਿ ਜਿਹੜੇ ਪੈਸੇ ਤੁਹਾਨੂੰ ਦਿੱਤੇ ਨੇ ਉਹ ਵੀ ਤੁਹਤ ਖੋਲ ਲੈਣੇ ਨੇ ਇਹਦੇ ਹੀ ਤੁਸੀਂ ਆਟੇ ਦੀ ਥੱਲੀ ਲੈਣੀ ਆ ਉਹਦੇ ਤੁਹਾਨੂੰ ਟੈਕਸ ਲੱਗੂ ਜਿੰਨਾ ਪਹਿਲਾਂ ਤਾਂ ਲੱਗਦਾ ਹੀ ਆ ਕਾਨਕ ਦੇ ਉੱਤੇ ਹੋਰ ਕਿੰਨੀਆਂ ਚੀਜ਼ਾਂ ਤੇ ਟੈਕਸ ਆ ਵੀ ਨਹੀਂ ਲੱਗਦਾ ਪਰ ਇਹ ਹੋਰ ਲੱਗ ਜੂਗਾ ਸੇਸ ਕਰਕੇ ਜਿਹੜਾ ਤੁਸੀਂ ਹਰ ਗੱਲ ਦੇ ਉੱਤੇ ਟੈਕਸ ਜੀਐਸਟੀ ਲਾਉਣਾ ਸ਼ੁਰੂ ਕਰਤਾ ਲੋਕਾਂ ਨੇ ਸੋਚਿਆ ਸ਼ਾਇਦ ਸਾਡਾ ਪੈਟਰੋਲ ਡੀਜ਼ਲ ਤੋਂ ਖੈਦਾ ਛੁੱਟ ਗਿਆ ਹੁਣ ਹੋਣਾ ਕੀ ਹੈ ਮੈਂ ਤੁਹਾਨੂੰ ਅੱਜ ਦੱਸਦਾ ਪੈਟਰੋਲ ਡੀਜ਼ਲ ਤੇ ਥੋੜਾ ਘਟਾਤਾ ਇਹਨਾਂ ਨੇ ਟੈਕਸ ਹੀ ਘਟਾਇਆ ਨਾ ਪਹਿਲਾਂ 1 ਲਖ 9 ਰੁਪਏ ਜਾਂ 36 ਪੈਸੇ ਸੀਗਾ 9 ਸਵਾ 9 ਰੁਪਏ ਤੋਂ 32 ਰੁਪਏ 90 ਪੈਸੇ ਪੈਟਰੋਲ ਤੇ ਕਰਤਾ ਸੀ ਹੂੰ ਠੀਕ ਹੋ ਗਿਆ ਡੀਜ਼ਲ ਦੇ ਉੱਤੇ ਸਾਧਕ 4 ਰੁਪਏ ਤੋਂ ਵਧਾ ਕੇ 1 ਲਖਤ ਉਹ ਕਰ ਦਿੱਤਾ ਸੀ तकरीबन 28 ਰੁਪਏ ਸੋ 7 ਗੁਣਾ 6 ਗੁਣਾ ਹੋ ਗਿਆ ਸੀ ਹੁਣ ਉਹ ਥੋੜਾ ਥੋੜਾ ਘਟਾਤਾ ਹੁਣ ਉਹ ਘਟਾਤਾ ਤੇ ਹੁਣ ਕੀ ਕਰਨਗੇ ਆ ਬਾਕੀ ਚੀਜ਼ਾਂ ਤੇ ਵਧਾ ਲੈਣਗੇ ਲੋਕ ਕਹਣਗੇ ਯਾਰ ਹੁਣ ਸਰਕਾਰ ਕੀ ਕਰੇ ਉਧਰ ਇੰਨਾ ਘਟਾਤਾ ਹੁਣ ਚਲ ਇੱਧਰ ਸਹੀ ਉਦੋਂ ਮੜ ਕੇ ਇੰਨਾ ਤੇ ਲਾਉਣਾ ਸ਼ੁਰੂ ਕਰਨਗੇ ਇਹ ਜਿਹੜੀਆਂ ਕੰਪਨੀਆਂ ਲੁੱਟ ਕਰ ਦਿਆ ਨੇ ਲੋਕਾਂ ਨੇ ਆ ਉਹਦਾ ਤਰੀਕਾ ਕੀ ਕਰਦਿਆਂ ਨੇ ਪਹਿਨਾਂ ਉਹ ਇੱਕ ਵਾਰੀ ਰੇਟ ਵਧਾਉਂਦੀਆਂ ਨੇ ਅਗਲੀ ਵਾਰੀ ਉਹਦਾ ਸਾਈਜ਼ ਘਟਾ ਦਿੰਦੀਆਂ ਨੇ ਵੀ ਜੇ ਟੂਥਪੇਸਟ ਵੇਣੋ ਜਿਹੜਾ 100 ਗ੍ਰਾਮ ਵਾਲਾ ਉਹਦੇ 90 ਗ੍ਰਾਮ ਦੇਣਗੇ ਪੈਸੇ ਉਨਹੀਂ ਰੱਖਣਗੇ ਸਮਝ ਗਿਆ ਇੱਕ ਵਾਰੀ ਥੋੜਾ ਜਿਹਾ ਰੇਟ ਵਧਾਓ ਇੱਕ ਵਾਰੀ ਵੇਟ ਘਟਾਓ ਰੇਟ ਤੇ ਵੇਟ ਰੇਟ ਤੇ ਵੇਟ ਉਹਦਾ ਖੇਡ ਕਰੀ ਜਾਂਦੇ ਨੇ ਰੇਟ ਵੇਟ ਰੇਟ ਵੇਟ ਰੇਟ ਵੇਟ ਉਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਤਾਂ ਦੁੱਗਣਾ ਕਰਕੇ ਦੋ ਵਾਰੀ ਚ ਕਿਉਂਕਿ ਉਹ ਤਾਂ ਸੀਸੀ ਫੜ ਲੈਂਦਾ ਉਹ ਦੇਖਦਾ ਹੀ ਨਹੀਂ ਵੀ ਇਹ 100 ਗ੍ਰਾਮ ਆ ਕਿ 90 ਗ੍ਰਾਮ ਆ ਇਹ ਗੱਲ ਹੈ ਸੋ ਇਸ ਕਰਕੇ ਮੈਂ ਜਿਹੜੀ ਗੱਲ ਕਹਿ ਰਿਹਾ ਕਿਉਂਕਿ ਜਦ ਤੁਸੀਂ ਦੇਖ ਕੇ ਗੱਲ ਕਰਦੇ ਹੋ ਤਾਂ ਤੁਹਾਨੂੰ ਪਤਾ ਹੁੰਦਾ ਵੀ ਆਊਗੀ ਕਈ ਬੰਦੇ ਕਹਿ ਦਿੰਦੇ ਨੇ ਲੈ ਤੂੰ ਕੀ ਵੱਡਾ ਨਜੂਮੀ ਐ ਮੈਂ ਕੋਈ ਨਜੂਮੀ ਨਹੀਂ ਆ ਪਰ ਮੈਂ ਅੱਖਾਂ ਖੋਲ ਕੇ ਰੱਖਦਾ ਜਿਹੜੇ ਸਾਹਮਣੇ ਦਿਖਦਾ ਵੀ ਆ ਗੱਲ ਹੋ ਰਹੀ ਆ ਹੁਣ ਆ ਪੰਜਾਬ ਯੂਨੀਵਰਸਿਟੀ ਵਾਲੇ ਕਹੀ ਜਾਂਦੇ ਨੇ ਬੜੇ ਚੌੜੇ ਹੋ ਕੇ ਵੀ ਕੇਂਦਰ ਦੀ ਬਣਾ ਦਿਓ ਜੀ ਜਿੱਦੇ ਕੇਂਦਰ ਦੀ ਬਣ ਗਈ ਨਾ ਕੇਂਦਰ ਨੇ ਕਹਿੰਦਾ ਹੁਣ ਪੈਸੇ ਆਪ ਇਕੱਠੇ ਕਰੋ ਆਰੇ ਇੰਨਾ ਨੇ ਇੰਜੀਨੀਅਰਿੰਗ ਇੰਸਟੀਚਿਊਟ ਕੋਰਸੀ ਯੂਨੀਵਰਸਿਟੀ ਚ ਤੇ ਡੈਂਟਰਲ ਕਾਲਜ ਖੋੜਿਆ ਸੀ ਉਹਦੀ ਫੀਸ ਪ੍ਰਾਈਵੇਟ ਨਾਲੋਂ ਵੀ ਵੱਧ ਰੱਖੀ ਸੀ ਇਸੇ ਯੂਨੀਵਰਸਿਟੀ ਨੇ ਪ੍ਰਾਈਵੇਟ ਦੀ ਉਹਨੀ ਫੀਸ ਨਹੀਂ ਸੀ ਜਿੰਨੀ ਯੂਨੀਵਰਸਿਟੀ ਦੇ ਇੰਜੀਨੀਅਰ ਕਾਲਜ ਦੀ ਸੀ ਡੇਢ ਗੁਣਾ ਪ੍ਰਾਈਵੇਟ ਨਾਲੋਂ ਆਮ ਸੀਟ ਦੀ ਫੀਸ ਉਹਨਾਂ ਦੀ ਮੈਨੇਜਮੈਂਟ ਕੋਟੇ ਦੀ ਫੀਸ ਨਾਲੋਂ ਵੀ ਇਹਨਾਂ ਦੀ ਡੇਢ ਗੁਣਾ ਫੀਸ ਆਮ ਸੀਟ ਦੀ ਸੋ ਕੀ ਕਰੋਗੇ ਤੁਸੀਂ ਸੋ ਇਸ ਕਰਕੇ ਆਪਾਂ ਇਹ ਗੱਲ ਸਮਝੀਏ ਵੀ ਇਹਨਾਂ ਨੇ ਠੱਗੀ ਮਾਰਨੀ ਹੈ ਠੱਗੀ ਮਾਰਨ ਤੇ ਤੁਰੇ ਹੋਏ ਨੇ ਦੇਸ਼ ਨੂੰ ਵੇਚਣ ਤੇ ਤਰ ਰਹੇ ਨੇ ਸਰਮਾਇਯਦਾਰੀ ਨੂੰ ਸਭ ਕੁਝ ਦੇਣਾ ਹੈ ਸਧਾਰਨ ਬੰਦੇ ਨੂੰ ਨਾ ਕੋਈ ਰੁਜ਼ਗਾਰ ਮਿਲਣਾ ਹੈ ਨਾ ਉਹਨੂੰ ਕੋਈ ਸੁਰੱਖਿਆ ਮਿਲਣੀ ਹੈ ਬਲਕਿ ਉਹਦੀ ਆਪਸ ਵਿੱਚ ਲੜਾਈ ਕਰਾਉਣਗੇ ਕਿ ਨਾ ਉਹਦੇ ਕੋਲ ਜਿਹੜਾ ਮਾੜਾ ਮੋਟਾ ਕੋਈ ਦੁਕਾਨ ਹੈ ਕੋਈ ਰੇੜੀ ਹੈ ਕੋਈ ਰਿਕਸ਼ਾ ਹੈ ਕੋਈ ਛੋਟਾ ਮੋਟਾ ਵਪਾਰ ਹੈ ਕੋਈ ਛੋਟਾ ਮੋਟਾ ਉਹਦਾ ਕਹਿ ਲਓ ਵੀ ਸ਼ੋਅਰੂਮ ਹੈ ਤੇ ਜਾਂ ਕੋਈ ਛੋਟੀ ਮੱਟੀ ਜ਼ਮੀਨ ਹੈ ਜਾਂ ਕੋਈ ਛੋਟਾ ਮੋਟਾ ਥੜਾ ਹੈ ਜਾਂ ਹੋਟਲ ਹੈ ਤੇ ਜਾਂ ਕੋਈ ਆ ਤੁਸੀਂ YouTube ਵਗੈਰਾ ਚੈਨਲ ਵਗੈਰਾ ਚਲਾਉਂਦਾ ਕੋਈ ਉਹ ਸਭ ਦਾ ਜਾਂ ਕੋਈ ਟੈਕਸੀ ਚੁਣੋਂਦਾ ਹੈ ਜਾਂ ਕੋਈ ਸਕੂਟਰ ਦੇ ਉੱਤੇ ਜਾਂ ਕੋਈ ਆਟੋ ਚਲਾਉਂਦਾ ਸਭ ਬੰਦ ਹੋ ਗਏ ਨੇ ਇਹ ਤੁਸੀਂ ਕਰਿੰਦੇ ਬਣ ਕੇ ਰਹਿਣਾ ਮੈਂ ਤੁਹਾਨੂੰ ਅੱਜ ਕਨਾ। ਪਲਾਮੀ ਦੀ ਨਿਸ਼ਾਨ ਇੱਕ ਕਰ ਲੋ ਕਿ ਇਹਨਾਂ ਨੇ ਕਿਸਾਨਾਂ ਦਾ ਪੁੱਤਾ ਇਹ ਤੁਸਨ ਠੱਕ ਰੱਖ ਲੋ ਦਾਨੀ ਸਾਹਿਬ ਬੇ ਤੇ ਛੱਡ ਕੇ ਉਹਨਾਂ ਦੀ ਜਿਹੜੀ ਆਮਦਨ ਦੀ ਰਫਤਾਰ ਹਰ ਸਕਿੰਟ ਵੱਧ ਰਹੀ ਹੈ ਉਹ ਜਿਸ ਪਾਸੇ ਵੱਲ ਨੂੰ ਤੁਰ ਰਹੇ ਨੇ ਉਹ ਸਾਡੇ ਦੇਸ਼ ਦਾ ਹੈ। ਸੈੱਟ ਨੂੰ ਹੋਰ ਬੜਾ ਕੇ ਪੇਸ਼ ਕਰਦੇ ਹੋਣਗੇ ਕਿ ਦੇਖੋ ਜੀ ਇੱਕ ਮਿਸਾਲ ਹੈ ਭਾਰਤ ਦਾ ਨਾਂ ਪੂਰੀ ਦੁਨੀਆ ਜਾ ਰਹੇ ਇਹ ਨਹੀਂ ਪਤਾ ਕਿ ਉਹ ਅਡਾਨੀ ਸਾਹਿਬ ਦੀ ਜੇਬ ਜਿਹੜੀ ਹੈ ਉਹ 2024 ਦੇ ਵਿੱਚ ਕਿੱਥੇ ਲੱਗਣੀ ਹੈ ਤੇ ਉਸ ਤੋਂ ਬਾਅਦ ਫਿਰ ਕਿਹੜੇ ਨਵੇਂ ਰੰਗ ਦੇ ਇੱਕ ਨੂੰ ਮੈਂ ਮੈਂ ਇਹ ਗੱਲ ਇਹ ਕਰਨ ਲੱਗਿਆ ਸੀ ਸਰ ਕੇ ਆ ਲੋਕਾਂ ਨੇ ਸਵਾਲ ਚੁੱਕਨੇ ਨੇ ਉਹ ਲੋਕਾਂ ਨੂੰ ਸਵਾਲ ਚੁੱਕਣ ਜੋਗਾ ਛੱਡੇ ਹੀ ਨਹੀਂ ਜਾ ਰਿਹਾ ਸਿੱਖਿਆ ਦਾ ਵਿਆਰ ਦੇਖ ਲਓ ਤੁਸੀਂ ਆ ਰਿਪੋਰਟਾਂ ਤੁਸੀਂ ਪੜੀਆਂ ਹੋਣੀਆਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ 2 ਲੱਖ ਜਿਹੜੇ ਉਹ ਦਾਖਲੇ ਮਤਲਬ ਕਿ ਕਿਤੇ ਤਾਂ ਸਿੱਖਿਆ ਦਾ ਮਿਆਰ ਜਿਹੜਾ ਆ ਬਹੁਤ ਕੁਝ ਤੇ ਕਿਤੇ ਲੋਕਾਂ ਨੂੰ ਸਵਾਲ ਕਰਨ ਜੋਗਾ ਨਹੀਂ ਛੱਡਦੇ ਜੇ ਉਹ ਪੜਨਗੇ ਨਹੀਂ ਤਾਂ ਸਵਾਲ ਕਿੱਥੋਂ ਕਰਨਗੇ ਜੇ ਉਹ ਪ੍ਰਾਈਵੇਟ ਸਕੂਲਾਂ ਜਾਣਗੇ ਤਾਂ ਉਹਨਾਂ ਨੂੰ ਉਸ ਤਰੀਕੇ ਦੀ ਸਿੱਖਿਆ ਦਿੱਤੀ ਜਾਏਗੀ ਕਿ ਉਹਨਾਂ ਦਾ ਦਿਮਾਗ ਇੱਕ ਵਪਾਰੀ ਕਰਨ ਨਾਲ ਤੁਰੇਗਾ ਬਿਲਕੁਲ ਠੀਕ ਹੈ ਤੁਸੀਂ ਪਰ ਜਿਹੜੇ ਅੰਕੜੇ ਨੇ ਤੁਸੀਂ ਇਹਨਾਂ ਦੀ ਐਨਾਲਿਸਿਸ ਨਹੀਂ ਕਰੀ ਮੈਂ ਐਡੀਟਰ ਨੂੰ ਵੀ ਚਿੱਠੀ ਲਿਖੀ ਆ ਮੈਂ ਸਰਕਾਰ ਤੋਂ ਆਰਟੀਆਈ ਵੀ ਮੰਗ ਚੁੱਕਿਆ ਇਹ ਅੰਕੜੇ ਵੈਸੇ ਪਤਾ ਨਹੀਂ ਕਿੱਥੋਂ ਲਏ ਨੇ ਆ ਅੰਕੜੇ ਮੈਂ ਪੰਜਾਬ ਸਰਕਾਰ ਜਿਹੜੇ ਬਜਟ ਦੇ ਵਿੱਚ ਡਾਕੂਮੈਂਟ ਬਣਦੀ ਹੈ ਸਟੈਟਿਸਟਿਕਲ ਰਿਪੋਰਟ ਅੰਕੜਾ ਸਾਰ ਜਿਹਦੇ ਵਿੱਚ 30 ਸਤੰਬਰ ਉਹ ਸਾਲ ਦੇ 30 ਸਤੰਬਰ ਦੇ ਅੰਕੜੇ ਹੁੰਦੇ ਨੇ 30 ਸਤੰਬਰ 2016 ਨੂੰ 25 ਲੱਖ 8754 ਬੱਚੇ ਸੀ ਇਹ ਕਹਿੰਦੇ ਉਹ ਤੋਂ ਬੱਚੇ ਸਾਰੇ 18 19 ਲੱਖ ਹੀ ਸੀਗੇ 2016 ਚ 23 ਲੱਖ 79136 ਬੱਚੇ ਸੀ 2018 ਚ 22,99,760 ਬੱਚੇ ਸੀ 2019 ਚ 23,85,743 ਬੱਚੇ ਸੀ ਕਦੀ ਕਦੀ ਕਲਾਸ ਦੇ ਵਿੱਚ ਹੋਰੇ ਮੈਂ ਕਲਾਸ ਨਹੀਂ ਨਾ ਤਰ ਵੀ ਗਰਮੀਆਂ ਵਾਲੀ ਮਿਲਕਨੇ ਨੋਮੀਦ ਅਸੀਂ ਕਿਨੇ 6 ਮੀਟਰ 8 ਇੰਚ ਕਿੰਨੇ ਪਹਿਲੀ ਤੋਂ ਬਣੀ ਹੋਈ ਕਿੰਨੇ ਕਿ 2020 ਦੇ ਵਿੱਚ 30 ਸਤੰਬਰ 2020 ਨੂੰ 22,10,339 ਬੱਚੇ ਸੀਗੇ ਇਹਨਾਂ ਦੇ ਕਿਹੋ ਜਿਹਾ ਚੌਕ ਲਖਰੀ ਸੀਗੇ ਇਹ ਫਿਗਰ ਪਤਾ ਕਿੱਥੋਂ ਲਈ ਹੈ ਫੇਰ 21 ਦੇ ਵਿੱਚ 30 ਸੰਬਲਿਤ ਨੂੰ ਹੁਣੇ 6 ਮਹੀਨੇ 8 ਮਹੀਨੇ ਪਹਿਨੇ ਨੰਗੇ ਆ। 30 ਸੰਬਲਿਤ ਨੂੰ ਆਇਆ ਸਾਹ ਵਾਲੇ ਤਾਂ ਇਹ ਦਾਖਲੇ ਹੋ ਰਹੇ ਨੇ। ਭਾਈ April ਤੋਂ ਤਾਂ ਦਾਖਲੇ ਸ਼ੁਰੂ ਹੋਏ ਨਾ ਨਵੇਂ। ਨਵੇਂ ਦਾਖਲੇ ਦੀ ਗਿਣਤੀ ਦੇ ਰਹੇ ਨਾ ਉਹ ਜੋ ਪੂਰੇ ਨਹੀਂ ਹੋਏ। ਕਿਉਂਕਿ ਇਹ ਤਾਂ ਜੂਨ ਜੁਲਾਈ ਚੱਲ ਰਹੀ ਆ। ਕਿ 31 ਜੁਲਾਈ ਤੱਕ ਤਾਂ ਨਾਰਮਲੀ ਦਾਖਲੇ ਹੁੰਦੇ ਰਹਿੰਦੇ ਨੇ। ਕਿ 21 2021 ਦੇ 21 22 ਜਿਹਨੂੰ ਆਪਾਂ ਕਹਾਂਗੇ ਉਹਦੇ ਵਿੱਚ 27,52,826 ਬੱਚੇ ਉਹਨਾਂ ਨੇ ਗਿਣੇ। ਸੋ ਜਿਹੜਾ ਉਹ ਕਹਿੰਦੇ ਵੀ ਪ੍ਰੀ ਨਰਸਿੰਗ ਨਰਸਿੰਗ ਉਹ ਜਿਹੜੇ ਅੰਗਨਵਾੜੀ ਵਾਲੇ ਨੇ ਉਹਨਾਂ ਨੂੰ ਦਖਲ ਦੂਖ ਕਰਕੇ ਉਹਦੇ ਵਿੱਚ ਇੱਕ ਅਫਸਰ ਦੀ ਬੜੀ ਤਾਰੀਫ ਕਰੀਆ ਚੰਗਾ ਸੀ ਅਫਸਰ ਇਸ ਵਿੱਚ ਕੋਈ ਸ਼ੱਕ ਨਹੀਂ ਐ ਪਰ ਇਹ ਐ ਨਹੀਂ ਐ ਵੀ ਇਸੇ ਤਰ੍ਹਾਂ ਦੂਜੀ ਕੱਲ ਤੁਸੀਂ ਕਹ ਬਿਓ ਉੱਥੇ ਬੱਚੇ ਨਹੀਂ ਹੈਗੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਪੜਾਇਆ ਜਾ ਰਿਹਾ ਹੈ। ਬਲਕਿ ਉੱਥੇ ਤਾਂ ਜ਼ਿੰਦਗੀ ਖਿਲਾਫ ਕਰੀ ਜਾ ਰਹੀ ਹੈ ਪ੍ਰਾਈਵੇਟ ਨਾਲੋਂ ਵੀ ਜ਼ਿਆਦਾ। ਇੱਕ ਵੀ ਬੱਚੇ ਇੱਕ ਮੈਂ ਦੱਸ ਦੇਣਾ ਸਪੈਰਿੰਗ ਦੀਆਂ ਮਾਈ ਰੋਜ ਦੇਖਣਾ ਇਹ ਟੀਚਰ ਨੂੰ ਖੋਦਰਜੀ ਨਹੀਂ ਲਿਖਣੀ ਆਉਂਦੀ ਪੰਜਾਬੀ ਚ ਤੇ ਉਹ ਬੱਚਿਆਂ ਨੂੰ ਕੀ ਸਿਖਾਉ ਤੁਸੀਂ ਕਦੇ ਐਂ ਕਰੋ ਝੂਠੀਆਂ ਡਿਗਨੀਆਂ ਦਾ ਕੱਢ ਕੇ ਦੇਖ ਲਓ ਆ ਪਿੱਛੇ ਮੈਨੂੰ ਕਿਸੇ ਨੇ ਦੱਸਿਆ ਵੀ ਕੋਈ ਬੰਦਾ ਡਿਗਨੀਆਂ ਨਾਲ ਪ੍ਰਿੰਸੀਪਲ ਵੀ ਬਣ ਗਿਆ ਪਤਾ ਨਹੀਂ ਕਹਿੰਦੇ ਕਹਿੰਦੇ ਉਹ ਕੋਈ ਜਾਂਦੇ ਕੋਲੇ ਤੇ ਝੂਠੀਆਂ ਡਿਗਨੀਆਂ ਸੀ ਕਿਤੇ ਨਹੀਂ ਨਹੀਂ ਇਨਵੈਸਟਿਗੇਟ ਕਰਿਆ ਇੱਥੇ ਇੱਕ ਹੋਰ ਪ੍ਰਿੰਸੀਪਲ ਦੀ ਸ਼ਿਕਾਇਤ ਹੋਈ ਹੋਈ ਸੀ ਉਹ ਬੰਦਾ ਟ੍ਰੇਡ ਯੂਨੀਅਨ ਦਾ ਲੀਡਰ ਹੈ ਟੀਚਰਾਂ ਖੋਦ ਉਹਨੇ ਪਿੱਟ ਕੇ ਮਾਰ ਗਿਆ ਸਬੂਤ ਦੇਤੇ ਅਜੇ ਤੱਕ ਉਹਦੇ ਐਕਸ਼ਨ ਨਹੀਂ ਲਿਆ ਗਿਆ ਪੰਜ ਸਾਲ ਤੋਂ ਡੱਟ ਰਿਹਾ ਹੈ ਜੋ ਪੰਜ ਸਾਲ ਤੋਂ ਡੱਟ ਰਿਹਾ ਹੈ ਜਿਹੜੇ ਅਫਸਰ ਜੀ ਇਹਨਾਂ ਨੇ ਤਾਰੀਫ ਕਰੀ ਹੈ ਉਹ ਡਾਕੂਮੈਂਟਰੀ ਪ੍ਰੂਫ ਦੇ ਕੇ ਇਨਕੁਆਰੀਆਂ ਹੋ ਗਈਆਂ ਵੀ ਆਹ ਮਹੱਲੀ ਕੀ ਨੇੜੇ ਤੇੜੀ ਕਿਤੇ ਲੱਗੀ ਆ ਉਹ ਬੀਬੀ ਤੇ ਉਹ ਅਫਸਰ ਫਿਰ ਉਹਨੂੰ ਕਿਉਂ ਨਹੀਂ ਕੱਢਿਆ ਉਹਨੇ ਉਹ ਅਫਸਰ ਬਹੁਤ ਚੰਗਾ ਹੈ ਨਾ ਉਹ ਅਫਸਰ ਤਾਂ ਬਹੁਤ ਵਧੀਆ ਕੰਮ ਕਰਦਾ ਹੈ ਉਹ ਝੂਠੀ ਡਿਗਰੀ ਵਾਲੇ ਤਾਂ ਦੱਸੋ ਕੀ ਕਰਿਆ ਉਹਨੇ ਔਰ ਉਹਨੂੰ ਪਤਾ ਐ ਨਹੀਂ ਵੀ ਉਹਨੂੰ ਪਤਾ ਨਹੀਂ ਉਹਨੂੰ ਤਾਂ ਅਗਲੇ ਮਿਲੇ ਨਹੀਂ ਜਾ ਜਾ ਕੇ ਕਿਉਂਕਿ ਮੈਨੂੰ ਦੱਸਦੇ ਰਹੇ ਨੇ ਕਿ ਜਾਰੀ ਅਸੀਂ ਸਰ ਮਿਲੇ ਸੀ ਅਸੀਂ ਆਹ ਚਿੱਠੀ ਉਹਨੂੰ ਸਾਰਾ ਕੁਝ ਭੇਜਦੇ ਰਹੇ ਨੇ ਵੀ ਅਸੀਂ ਆਹ ਕਰਿਆ ਹੁਣ ਆਹ ਕਰਿਆ ਹੁਣ ਆਹ ਕਰਿਆ ਕੋਰਟ ਤੱਕ ਕੇਸ ਨੇ ਕਲਰਕ ਆਪਦੀ ਘਰ ਵਾਲੀ ਦਾ ਮੁਫਤੀ ਤਨਖਾਹ ਲਈ ਜਾਂਦਾ ਝੂਠੇ ਉਹ ਹੀ ਮਾਸਟਰ ਨਾਲ ਤੇ ਡਿਗਰੀ ਨਹੀਂ ਆਰਡਰ ਵੀ ਨਹੀਂ ਕਿਸੇ ਦੇ ਨਾ ਕੇ ਤਨਖਾਹ ਦੇ ਜਾ ਰਹੇ ਨੇ ਤੁਸੀਂ ਕੀ ਗੱਲਾਂ ਕਰਦੇ ਹੋ ਸਰਕਾਰੀ ਸਿਸਟਮ ਚ ਭ੍ਰਿਸ਼ਟਾਚਾਰ ਦੀ ਅਸੀਂ ਗੱਲ ਕਰਦੇ ਹਾਂ ਭ੍ਰਿਸ਼ਟਾਚਾਰੀ ਹੈ ਹੀ ਇਹ ਸਾਰੇ ਝੂਠੀਆਂ ਡਿਗਰੀਆਂ ਕੰਮ ਆਉਂਦਾ ਨਹੀਂ ਨੌਕਰੀ ਲਈਉਣੀ ਉਹ 2 ਨੰਬਰ ਚ ਲਈ ਹੋਈ ਹੈ ਉਹਨੇ ਕੰਮ ਹੀ 2 ਨੰਬਰ ਦੇ ਕਰੂਗਾ ਤੁਸੀਂ 1 ਨੰਬਰ ਦਾ ਕੰਮ ਕਿਵੇਂ ਕਰ ਦੋ ਅਰ ਕੋਈ ਨਹੀਂ ਬੋਲਦਾ ਉਹਦੇ ਤੇ ਨਾ ਤੁਸੀਂ মিডিਆ ਵਾਲੇ ਬੋਲੋ ਕਿਉਂਕਿ ਉਹ ਬੰਦੇ ਰੌਲਾ ਪਾ ਦੇਣਗੇ ਨਾ ਕੋਈ ਉਹਨਾਂ ਦੀ ਜੂਨੀਅਨ ਅੰਤ ਬੁਨਣ ਕੀ ਹੈ ਕੋਈ ਹੋਰ ਨਹੀਂ ਬੋਲਦਾ ਸਰਕਾਰ ਨਹੀਂ ਬੋਲਦੀ ਆ ਪੰਜਾਬ ਦੇ ਵਿੱਚ ਉਹਨਾਂ ਨੇ ਆਪ ਸਰਕਾਰ ਦੀ ਰਿਪੋਰਟ ਹੈ ਜਿਹੜੀ ਅਤੇ 30 ਸਤੰਬਰ ਦੀ 30 ਸਤੰਬਰ ਨੂੰ ਕਿਤੇ ਇੱਕ ਮਤਲਬ ਕਹੋ ਪ੍ਰਾਇਮਰੀ ਮਿਡਲ ਹਾਈ ਸਕੈਂਡਰੀ ਨੂੰ ਜਦ ਗਿਨਣਾ ਹੈ ਤਾਂ ਵੱਧ ਤੋਂ ਵੱਧ ਬੱਚੇ ਪ੍ਰਾਇਮਰੀ ਚ 25 ਬੱਚੇ ਉਹਨਾਂ ਨੇ ਲਿਖਿਆ ਵੀ 25 ਬੱਚੇ ਪ੍ਰਤੀ ਟੀਚਰ ਨੇ ਚਾਹੀਦੇ 30 ਬੱਚੇ ਨੇ ਜਨ ਕਿ ਟੀਚਰ ਪਹਿਲੇ ਬੱਚਾ ਤੋਂ ਵੱਧ ਨੇ ਜਿੰਨੇ ਬੱਚੇ ਦਾਖਲ ਦਿਖਾ ਰਹੇ ਨੇ ਉਹਨਾਂ ਤੋਂ ਜਿੰਨੇ ਬੱਚੇ ਦਾਖਲ ਦਿਖਾ ਰਹੇ ਨੇ ਇਨਫਲੇਟਡ ਕੋਸਟ ਉਹ ਤੋਂ ਵੀ ਵੱਧ ਨੇ ਟੀਚਰ ਇਹ ਕਹਿੰਦੇ 600 ਹੋਰ ਪੱਤੀ ਕਰਾਂਗੇ ਇਦਾਂ ਹੀ ਉਦੋਂ ਅੱਗੇ 22 ਬੱਚਾ ਪਿੱਛੇ ਇੱਕ ਹੈ ਉਦੋਂ ਬੱਚੇ 19 ਵਾਸਤੇ ਇੱਕ ਹੈ 17 ਵਾਸਤੇ ਇੱਕ ਹੈ 17 ਬੱਚਾਂ ਵਾਸਤੇ ਇੱਕ ਟੀਚਰ ਜਿੱਥੇ 45 ਵਾਸਤੇ ਜਾਂ 50 ਵਾਸਤੇ ਇੱਕ ਚਾਹੀਦਾ ਅੱਜ ਇਹ ਕਹਿੰਦੇ ਟੀਚਰ ਹੈ ਨਹੀਂ ਸੱਚੀ ਵੀ ਹੈ ਬਹੁਤ سارے ਸਕੂਲ ਖਾਦੀ ਵੀ ਨੇ ਆਪਣਾ ਸੁਖਵਿੰਦਰ ਜੀ ਸੱਚ ਤੇ ਸੱਚ ਜੇ ਸੱਚ ਤੇ ਨਹੀਂ ਬੋਲਾਂਗੇ ਝੂਠੋ ਝੂਠ ਚੱਲਾਂਗੇ ਜੇ ਅਸੀਂ ਅੰਦਰ ਕਾਲੇ ਸਿੱਧੇ ਸੇ ਕਾਲਾ ਹੀ ਪਾਇਆ ਹੋਇਆ ਹੈ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ ਗੁਣੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼ ਜਿੰਨਾ ਚਿਰ ਅਸੀਂ ਐਜੂਕੇਸ਼ਨ ਦਾ ਇਹ ਸੁਧਾਰ ਨਹੀਂ ਕਰਦੇ ਵੀ ਪਹਿਲਾਂ ਨੱਥ ਕਦੋਂ ਨਾ ਕਿੰਨੇ ਕਿੱਥੇ ਕਦਰ ਕੀਤਾ ਹਰੇਕ ਬੰਦਾ ਆਪਦੀ ਤਿਆਰੀ ਤੇ ਲੱਗਿਆ ਹੋਇਆ ਕੱਲ ਹੀ ਮੈਨੂੰ ਕੋਈ ਕਹੇ ਉਹ ਜੀ ਫਲਾਣੇ ਸਾਜਾਂ ਦੇ ਮੈਂ ਕਿਹਾ ਤੁਸੀਂ ਆਪਦੀ ਤਿਆਰੀ ਦੇ ਕੋਈ ਟੀਚਰ ਸੀ ਬੜਾ ਆਛਾ ਹੈਡ ਹੈ ਉਹ ਸਕੂਲ ਦਾ ਹੈਡ ਤੇ ਮੈਂ ਕਿਹਾ ਤੁਸੀਂ ਆਪਦੀ ਆਪਦੀ ਬਸ ਵੀ ਮੈਂ ਉੱਥੇ ਜਾਇਆ ਮੈਂ ਉੱਥੇ ਜਾਇਆ ਜਾਂ ਮੈਂ ਫਲਾਣੇ ਨਾਲ ਟ੍ਰੇਨਿੰਗ ਲਈ ਵੀ ਮੈਂ ਫਲਾਣੇ ਨਾਲ ਟ੍ਰੇਨਿੰਗ ਦਿੱਤੀ ਤੁਹਾਨੂੰ ਤਨਖਾਹ ਇਹ ਨਾ ਕਰਾਂਦੀ ਮਿਲਦੀ ਇੱਕ ਅੱਧੀ ਵਾਰੀ ਸਾਥ ਚ ਜਾਇਆ ਏ ਦੋ ਵਾਰੀ ਜਾਇਆ ਥੋਨੂੰ ਤਨਖਾਹ ਪੜਾਉਂਦੀ ਨਹੀਂ ਨੁੱਬੀਆ ਪੜਾਉਂਦੇ ਤੁਸੀਂ ਹੈ ਨਹੀਂ ਉਹ ਮੈਂ ਫਲਾਣਾ ਕੈਂਪ ਅਟੈਂਡ ਕਰ ਲਿਆ ਜੀ ਮੈਂ ਫਲਾਣਾ ਨਾਲ ਸਰਕਾਰ ਨੂੰ ਦੋਸ਼ ਦੇਈ ਜਾਣਾ ਮੈਂ ਇਹ ਜੇ ਕਿਉਂ ਕਰਦਾ ਇੱਕ ਛੋਟੀ ਲਾਈਨ ਚ ਗੱਲ ਕਰਕੇ ਦੱਸਾਂਗਾ ਵੀ ਇਹ ਠੀਕ ਕਰਨਾ ਪੈਂਦਾ ਕਮਾਇ ਨਹੀਂ ਚੱਲਦਾ ਹੁੰਦਾ ਕੁਝ ਬਾਨੀ ਵਾਲੀ ਗੱਲ ਤੁਸੀਂ ਸੁਣੀ ਹੋਣੀ ਹੈ ਜੋ ਆਖ ਕਹਿੰਦਾ ਮੈਂ ਤਾਂ ਚਾਲ ਮਾਰੂੰ ਚਾਲ ਮਾਰੂੰ ਜਾਂ ਤਾਂ ਆ ਕੇ ਚੁੱਕਿਆ ਉਹ ਕਹਿੰਦਾ ਕੀ ਕਰਨਾ ਕਹਿੰਦਾ ਤੂੰ ਆਪੇ ਕਾਨੂੰ ਮਾਰਨੀ ਚਾਲ ਮੈਂ ਹੀ ਸੁਣ ਦਿੰਦਾ ਮੈਂ ਤਾਂ ਬੱਪੂ ਨੂੰ ਬਾਈ ਬਾਈ ਨੂੰ ਡਰਾਉਂਦਾ ਸੀ ਮੇਰੇ ਕੋਲ ਸੀਗੇ ਐਮਰਜੈਂਸੀ 'ਚ ਬੰਦਾ ਜਿੰਨਾ ਮਿਲਿਆ ਕਿ ਫਾਰਮੇਸੀ ਘਰ ਆ ਜਾਵੇ ਆਖਰੇ ਐਮਰਜੈਂਸੀ ਆ ਗਈ ਉਹਨੂੰ ਕੋ ਦੇਖ ਨਹੀਂ ਰਿਹਾ ਡਾਕਟਰ ਬੈਠਾ ਉਹ ਕਰਦਾ ਕੁਝ ਕਰ ਨਹੀਂ ਸਕਦਾ ਜਿੰਨਾ ਕੁਝ ਹੁੰਦਾ ਉਹ ਕਰ ਰਿਹਾ ਦਵਾਈਆਂ ਉਹਨੂੰ ਕੋ ਦੇ ਨਹੀਂ ਸਾਰੀਆਂ ਕਿਉਂਕਿ ਧਾਗੀ ਉਹਨਾਂ ਨੇ ਦਿੱਤਾ ਹੁੰਦਾ ਕਿ ਮੈਂ ਪੁੱਛਿਆ ਮੇਰੇ ਕੋਲ ਚਾਰਜ ਆਇਆ ਹਸਪਤਾਲ ਦਾ ਮੈਂ ਕਿਹਾ ਵੀ ਤੁਸੀਂ ਇੱਥੇ ਦੁਪਹਿਰੇ ਹੁੰਦੇ ਕਿਉਂ ਨਹੀਂ ਅਸੀਂ ਲੋ ਜੀ ਬਹੁਤ ਅੱਖਾਂ ਜੀ ਸਾਡੇ ਤਾਂ ਬਹੁਤ ਹੀ ਬਸਾਸੀ ਤਾਂ ਰੋਟੀ ਨੂੰ ਨਾ ਖਾਂਣ ਜਾਈਏ ਰੋਟੀ ਵਾਸਤੇ ਤਾਂ ਬੰਦਾ ਨੌਕਰੀ ਕਰਦਾ ਜੇ ਰੋਟੀ ਨਹੀਂ ਤੁਸੀਂ ਖਾਂਦੇ ਨਹੀਂ ਫਿਰ ਅਸੀਂ ਬੰਦੇ ਕਦਵੇਂਗੇ ਅਸੀਂ ਫਿਰ ਗੁਲਾਮ ਬਣ ਗਏ ਹੈ ਇਹ ਤਾਂ ਜੀ ਅਸੀਂ ਆ ਬਾਅਦ ਵੀ ਅਸੀਂ ਸਾਹਮਣਿਆ ਇਹ ਤਾਂ ਨਰਸਾਂ ਦਾ ਕੰਮ ਹੈ ਮੈਂ ਉਹਨੂੰ ਕੁਝ ਨਹੀਂ ਕਿਹਾ ਮੈਂ ਚੁੱਪ ਕਰਕੇ ਸਵੇਰ ਨੂੰ ਆਰਡਰ ਕੱਢਦਾ ਕਿ ਇਹ ਬਾੜ ਦੇ ਵਿੱਚ ਫਾਰਮਾਸਿਸਟ ਕੰਮ ਨਹੀਂ ਕਰਨਗੇ ਨਰਸਾਂ ਕੰਮ ਕਰਨਗੇ ਉਹਨਾਂ ਦੀ ਡਿਊਟੀ ਲਾਤੀ ਵੀ ਤੁਹਾਡੀ ਡਿਊਟੀ ਸਵੇਰੇ ਦੁਪਹਿਰੇ ਸ਼ਾਮੀ ਸਵੇਰੇ ਸ਼ਾਮੀ ਤੇ ਰਾਤ ਦੀ ਡਿਊਟੀ ਹੋਇਆ ਕਰੇਗੀ ਜਦ ਐਮਰਜੈਂਸੀ ਪਊ ਸਾਰਿਆਂ ਨੂੰ ਬੁਲਾਉਂਗਾ ਜਿੰਨਾਂ ਦੀ ਲੋੜ ਪਊਗੀ ਅੱਗੇ ਇਕੱਠੇ ਹੋ ਕੇ ਕਿਉਂ ਜੀ ਕਿਉਂ ਬੁਲਾਣਾ ਸਾਰਿਆਂ ਨੂੰ ਮੈਂ ਕਿਹਾ ਵਾਕਿਆ ਡਾਕਟਰ ਨੂੰ ਨਹੀਂ ਬੁਲਾਉਂਦਾ ਮੈਂ 14 ਡਾਕਟਰ ਨੇ 14 ਦੇ ਚੋਂ ਬੁਲਾਉਣਾ ਨਾ ਜਦ ਲੋੜ ਪੈਂਦੀ ਐ ਤੁਹਾਨੂੰ ਵੀ ਬੁਲਾਵਾਂਗੇ ਫਿਕਸ ਹੋਵੇ ਤੁਹਾਡੀ ਡਿਊਟੀ ਐ ਆਏ ਜੀ ਆਇਆ ਮੈਂ ਨਾ ਬਿਲਕੁਲ ਨਹੀਂ ਫਿਰ ਉਹਨਾਂ ਦਾ ਲੀਡਰ ਸੀ ਮੈਂ ਕਹਿੰਦਾ ਸਰ ਰਾਤ ਕੀ ਹੋਗੀ ਸਭ ਤੋਂ ਮੈਂ ਤੁਸੀ ਦਾ ਬਹੁਤ ਔਖਿਓ ਮੈਂ ਨਹੀਂ ਨਹੀਂ ਸੋ ਕੋਈ ਨਰਾਜ਼ ਗਿਆ ਤੁਹਾਨੂੰ ਮੈਂ ਮੈਨੂੰ ਤਾਂ ਕੋਈ ਨਰਾਜ਼ਗੀ ਨਹੀਂ ਦੱਸੋ ਕਿਹੜੀ ਨਰਾਜ਼ਗੀ ਹੈ ਤੁਹਾਨੂੰ ਕਿਵੇਂ ਲੱਗਦੇ ਨਰਾਜ਼ਗੀ ਕਹਿੰਦੇ ਜੇ ਤੁਸੀਂ ਵਾਰਡ ਦੇ ਵਿੱਚ ਐਮਰਜੈਂਸੀ ਦੇ ਨਰਸਾਂ ਦੀ ਡਿਊਟੀ ਲਾ ਸੀ ਮੈਂ ਕਿਹਾ ਕਾਕਾ ਉਹ ਤਾਂ ਥੋੜੀ ਡਿਊਟੀ ਹੋਈ ਨਹੀਂ ਸੀ ਮੈਂ ਤੁਹਾਨੂੰ ਤਾਂ ਜਾਇਜ਼ ਕੰਮ ਛੋੜੋ ਨਾ ਸਕਦਾ ਉਹ ਤਾਂ ਡਿਊਟੀ ਨਰਸਾਂ ਹੀ ਉੱਥੇ ਉਹ ਮਦਦੀ ਹੈਗੀਆਂ ਮੇਰੇ ਕੋਲ ਨਰਸਾਂ ਤੇ ਤੁਹਾਨੂੰ ਤਾਂ ਕਿਉਂਕਿ ਉਹ ਛੋਟਪਾ ਸਭ ਬਣਾਉਂਦੀ ਸੀ ਉਹ ਸ਼ਰੀਮ ਤੋਂ ਸ਼ਰੀਮ ਡਾਕਟਰ ਨੂੰ ਪਤਾ ਹੀ ਨਹੀਂ ਲੱਗੰਦੇ ਕਹਿੰਦੇ ਮੱਛੀਆਂ ਕੀ ਪਤਾ ਕਿਹੜੇ ਵੇਲੇ ਪਾਣੀ ਪੀ ਜਾਂਦੀਆਂ ਨੇ ਟਿਕਲੋਨਾ ਨਾਂ ਦੇ ਪੈਸੇ ਲੱਜ ਜਾਂਦੇ ਸੀ ਉਹਨਾਂ ਨੇ ਕਿਹਾ ਵੀ ਤੇ ਸਾਡੀ ਕਾਨ ਬੰਦ ਹੋ ਗਈ ਪੈਸਿਆਂ ਦੀ ਨਾਲੇ ਚੌਧਰ ਕਿਉਂਕਿ ਐਮਰਜੈਂਸੀ ਦੀ ਚੌਧਰ ਹੁੰਦੀ ਆ ਬੰਦੇ ਦੀ ਉਦੋਂ ਘਮਰਾਏ ਹੁੰਦੇ ਨੇ 10 ਰਿਸ਼ਤੇਦਾਰ ਹੁੰਦੇ ਨੇ ਗੋਲੀਆਂ ਬਣਦੇ ਫਾਰਮਾਸਿਸਟ ਨੂੰ ਕੌਣ ਪੁੱਛਦਾ ਉਹ ਕਹਿੰਦਾ ਠੀਕ ਆ ਲਾਈਨ 'ਚ ਬੈਠਿਆ ਆਪਾਂ ਬਾਬੂ ਜਿਹੜਾ ਮਰਜ਼ੀ ਬੰਦੀ ਜਾਂਦਾ ਗੋਲੀਆਂ ਸੋ ਇਸ ਕਰਕੇ ਜਦ ਤੱਕ ਤੁਸੀਂ ਇਹ ਜੜ ਨਹੀਂ ਫੜਦੇ ਜਿਹੜਾ ਅਸੀਂ ਤਾਂ ਇਹ ਕੱਢ ਦਾਂਗੇ ਜੀ ਅਸਤਾ ਕਰਾਂਗੇ ਕੋਈ ਨਾ ਭਾਈ ਥੁੰਟਨ ਖਾਂ ਜਿੰਨੇ ਤੁਹਾਡੀ ਡਿਊਟੀ ਉਹੀ ਕਰੋ ਇਹ ਕੀ ਕਰਦੇ ਨੇ ਅੱਜ ਇਹ ਵੋਟਾਂ ਬਣਾ ਲਓ ਜਮੇ ਨਾਲ ਇਹਨਾਂ ਤੋਂ ਵੋਟਾਂ ਮਟਮਾਓ ਨੌ ਜਾਣੇ ਇਹਨੇ ਬੈਠੇ ਨਹੀਂ ਬੈਠੇ ਉਹਨਾਂ ਨੂੰ 5 500 ਬੰਦੇ ਦੇ ਉੱਤੇ ਲਾ ਦਿਓ ਵੀ ਤੁਹਾਨੂੰ ਇਹਨੇ ਪੈਸੇ ਮਿਲਣਾ ਕਰਨਗੇ ਵੋਟਾਂ ਵੀ ਤੁਸੀਂ ਬਣਾਉਣੀਆਂ ਨੇ ਜਨਮ ਮੌਤ ਦੇ ਸਰਟੀਫିକੇਟ ਵੀ ਤੁਸੀਂ ਜਾਰੀ ਕਰਦੇ ਨੇ ਉਹਦੇ ਤੁਸੀਂ ਆਪਦੇ ਪੈਸੇ ਲੈ ਲੈ ਕਰੋ ਦੀ ਫੀਸ ਲੱਕ ਦੇਣਾ ਆਪਦੇ ਕੰਪਿਊਟਰ 'ਚ ਫੀਲਡ ਕਰ ਲਓ ਸਾਰਾ ਕਿ ਡਾਟਾ ਤੁਸੀਂ ਚੇਂਜ ਨਹੀਂ ਕਰ ਸਕਦੇ ਤੁਸੀਂ ਐਡ ਕਰ ਸਕਦੇ ਹੋ ਸਿਰਫ ਉਸ ਤੋਂ ਪਰਮਿਸ਼ਨ ਮਿਲੂ ਐਡ ਦੀ ਹੈ ਕਿ 5 500 ਬੰਦੇ 'ਚ ਇੱਕ ਇੱਕ ਬੰਦਾ ਲਾ ਦੇਣਾ ਨਾਲੇ ਤਾਂ ਕਿੰਨੀ ਦੋਗਾਨੇ ਰੋਜ਼ਗਾਰ ਮਿਲੂਗਾ 70 80 ਹਜ਼ਾਰ ਨੂੰ ਅੱਜ ਘਰ ਬੈਠੇ ਮਿਲ ਜੂਗਾ ਤੇ ਨਾਲ ਇਹਨਾਂ ਨੂੰ ਲੋੜ ਹੀ ਨਹੀਂ ਉਹਨਾਂ ਨੂੰ ਕਹਿੰਦਾ ਭਾਈ ਹੁਣ ਤੁਸੀਂ ਵੋਟਾਂ ਪਵਾ ਦਿਓ ਜਿਹੜਾ ਮਰ ਗਿਆ ਉਹਦੀ ਵੋਟ ਆਪੀ ਕੱਟੀ ਜਾਣੀ ਆ ਪ੍ਰੋਗਰਾਮ ਅੱਜ ਘਰ ਆਉਂਦੇ ਨੇ ਜਿਹੜਾ ਜੰਮ ਪਿਆ ਉਹਦੀ ਨਵੀਂ ਬਣ ਜਾਣੀ ਆ ਕਿਉਂਕਿ ਉਹਦਾ ਜਨਮ ਰਜਿਸਟਰ ਹੋਣਾ ਤੇ ਜਿੱਦੇ 18 ਦਾ ਹੋਇਆ ਆਪੀ ਉਹ ਦੂਜੇ ਪਾਸੇ ਉਹਦਾ ਨਾਮ ਆ ਜਣਾ ਵੋਟਰ ਚ ਸੋ ਜਿਹੜਾ ਕੰਮ ਕਰਿਆ ਜਾ ਸਕਦਾ ਹੈ ਇਹਨਾਂ ਨੂੰ ਬਿਲਕੁਲ ਬਿਲਕੁਲ ਨਹੀਂ ਇੱਦਾਂ ਮਿੱਟ ਦੇ ਮਿਲ 75 ਕੋ ਤੁਸੀਂ ਖਾਣਾ ਬਣਾ ਕੇ ਸਕੂਲ ਜਾ ਕੇ ਸਰਵ ਕਰੋਗੇ ਇਹਨਾਂ ਤੋਂ ਹਿਸਾਬ ਰੱਖਣ ਦੀ ਕੀ ਲੋੜ ਆ ਰੋਜ ਜੋ ਮਿੱਟੀ ਦੇ ਮੀਲ ਚੋਂ ਪੈਸਾ ਖਾਦਾ ਜਾਂਦਾ ਨਾਲੇ ਰੋਲਾ ਪੰਦੇ ਸਾਨੂੰ ਤੇ ਜਿਹਨੂੰ ਸੂਈਏ ਬਣਾਤਾ ਆਟਾ ਚੱਕੀ ਅੰਦਰ ਬੇਚਦੇ ਫੜੇ ਗਏ ਨੇ ਆਟਾ ਰੀੜਨ ਟੱਡ ਕੇ ਜਾਂਦੇ ਮੇਰੇ ਕੋਈ ਵੀਡੀਓ ਨਹੀਂ ਮੈਂ ਹਮੇ ਨਹੀਂ ਕਦ ਨ ਕਰਦਾ ਸੋ ਇਸ ਕਰਕੇ ਇਹ ਨਾ ਇਹਨਾਂ ਦੀ ਤੁਸੀਂ ਕਹੋ ਵੀ ਕੋਈ ਨਹੀਂ ਤੁਸੀਂ ਤੁਹਾਡਾ ਕੰਮ ਸਿਰਫ ਪੜਾਉਣਾ ਤੁਸੀਂ ਹੋਰ ਕੋਈ ਕੰਮ ਨਹੀਂ ਕਰੋਗੇ ਪਰ ਤੁਹਾਨੂੰ ਪੜਾਉਣਾ ਪਊ ਦੂਜੀ ਗੱਲ ਜਿਹੜਾ ਬਾਰਡਰੀ ਦਾ ਸਕੂਲ ਆ ਉੱਥੇ 400 ਬੱਚਾ ਤੇ ਟੀਚਰ 2 ਜਿਹੜਾ ਚੰਡੀਗੜ੍ਹ ਦੇ ਨੇੜੇ ਪਟਿਆਲੇ ਦੇ ਨੇੜੇ ਅਮਰਸਰ ਦੇ ਨੇੜੇ ਜਨੰਦਰਬ ਦੇ ਨੇੜੇ ਉਹਦੇ ਵਿੱਚ ਬੱਚੇ 4 ਤੇ ਟੀਚਰ 3 ਇੱਕ ਇੱਕ ਕਿੱਥੋਂ ਦਾ ਇਨਸਾਨ ਆ ਆ ਹੁਣ ਦਿਖਾ ਦੇਣਾ ਸਕੂਲ 22 ਬੱਚੇ 9 ਟੀਚਰ ਭਾਈ ਬੱਚਿਆਂ ਨੇ ਕਦੇ 9 ਟੀਚਰ ਸੁਣੇ ਨੇ ਤੁਸੀਂ ਅਚੰਨੀ ਸਾਹਿਬ ਜਾਂਦੇ ਜਾਂਦੇ ਵੀ ਸਾਨੂੰ ਵੋਟਾਂ ਫੜਣਗੇ ਜੇ ਇਹਨਾਂ ਨੇ ਵੋਟਾਂ ਦੀ ਗੱਲ ਕਰ ਦਿਓ ਚੰਨੀ ਸਾਹਿਬ ਨੇ ਜੋ ਇਹਨਾਂ ਨੂੰ ਦਿੱਤਾ ਜਾਂਦੇ ਹੁੰਦੇ ਬਹੁਤ ਕੁਝ ਦੇਗੇ ਫੇਰ ਵੋਟਾਂ ਮਿਲ ਗਿਆ ਅਪਾ ਇਸ ਦੇਖੇ ਚ ਨਾ ਰਹੀ ਏ ਕਿਉਂਕਿ ਇਹ ਆਪ ਹੀ ਇਹਨਾਂ ਦੀ ਭਾਈ ਭਤੀਜੇ ਟੀਚਰ ਬਗੇ ਹੋਏ ਨੇ ਉਹਨਾਂ ਨੇ ਝੂਠੇ ਸਰਟੀਫਿਕੇਟ ਦਿੱਤੇ ਹੋਏ ਨੇ ਇਹਨਾਂ ਨੇ ਆਪ ਵੀ ਪੋਲੀਟਿਸ਼ੀਨਾਂ ਦੇ ਵਿੱਚ ਬਹੁਤ ਕੁਝ ਕਰਿਆ ਹੋਇਆ ਸੋ ਇਸ ਕਰਕੇ ਆਪਾ ਰਿਐਲਟੀ ਤੇ ਜਾਈਏ ਕਿ ਜਿੰਨਾ ਚਿਰ ਆ ਜਿਹੜੀ ਰਿਪੋਰਟ ਹੈ ਆ ਪਈ ਹੈ ਇਹ ਰਿਪੋਰਟ ਦੇ ਅੰਕੜੇ ਮੈਂ ਆ ਕੇ ਚਾ ਚਿੱਠੀ ਲਿਖੀ ਆ ਮਨਿਸਟਰ ਨੂੰ ਪੀਆਈਓ ਪਬਲਿਕ ਇਨਫੋਰਮੇਸ਼ਨ ਅਫੀਸਰ ਹੁਲੀ ਕਮਨਿਸਟਰ ਤੇ PIO ਸੈਕਟਰੀ ਸਕੂਲ ਐਜੂਕੇਸ਼ਨ ਕਿ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਅੰਕੜਾ ਸਾਰ ਤੁਸੀਂ ਅੰਕੜੇ ਦਿੰਨੇ ਹੋ ਉਹਨਾਂ ਦੀ ਇੱਕ ਤਾਂ ਕਾਪੀ ਭੇਜੋ ਇੰਨੇ ਸਾਲਾਂ ਦੀ ਤੁਸੀਂ ਕਿਹੜੇ ਅੰਕੜੇ ਦਿੱਤੇ ਕਿਤੇ ਅੰਕੜਾ ਸਾਰਾ ਨੂੰ ਤਾਂ ਨਹੀਂ ਗਲਤ ਸਾਫ ਦੇ ਦੂਜੇ ਜਿਹੜੇ ਤੁਸੀਂ ਆ ਪੱਤਰਕਾਰ ਨੂੰ ਅੰਕੜੇ ਦਿੱਤੇ ਇਹ ਮੈਨੂੰ ਦਿਓ ਫਿਰ ਕੱਲਾ ਮੈਂ ਇਹਨਾਂ ਨੂੰ ਚਿੱਠੀ ਨਹੀਂ ਲਿਖੀ ਮੈਂ ਇਸ ਅਖਬਾਰ ਦੇ ਐਡੀਟਰ ਨੂੰ ਮੈਂ ਲੈਟਰ ਟੂ ਐਡੀਟਰ ਨਹੀਂ ਲਿਖਣਾ ਸੀ ਕਿਉਂਕਿ ਮੈਂ ਨਹੀਂ ਇਹ ਜੀ ਗੱਲ ਕਰਕੇ ਰਾਜੀ ਮੈਂ ਉਹਨਾਂ ਨੂੰ ਲਿਖਤਾ ਵੀ ਆ ਅੰਕੜੇ ਨੇ ਜਿੱਥੋਂ ਮਰਜੀ ਡੰਬ ਲੋ ਉਸੇ ਇੱਕ ਬੰਦਾ ਤੁਸੀਂ ਮਤਲਬ ਇਹ ਕਹਿਣਾ ਵੀ ਹੁਣ ਦੀ ਸਰਕਾਰ ਬੜੀ ਮਾੜੀ ਹੋ ਗਈ ਉਹ ਮੰਤਰੀ ਨੂੰ ਵੀ ਕੁਝ ਨਹੀਂ ਪਤਾ ਮੰਤਰੀ ਕੋਲ ਕੋਈ ਨਹੀਂ ਜੀ ਹੁਣ ਅਸੀਂ ਬਾਅਦ ਚ ਦੇਖਾਂਗੇ ਉਹ ਕਹਿੰਦਾ ਭਾਈ ਮੈਨੂੰ ਅੰਕੜੇ ਦੇਖ ਲੈਣ ਦੋ ਤੁਸੀਂ ਕਹਿੰਦੇ ਹੋ ਇਹ ਗੱਲ ਥੋੜੀ ਮੈਂ ਸੁਣ ਲਈ ਪਹਿਲਾਂ ਮੈਂ ਇਹਨੂੰ ਚੈੱਕ ਕਰ ਲਾਂ ਕੀ ਔਖਾ ਸੀ ਉਹਨੇ ਆ ਭੈਣ ਵਿੱਕੀ ਮੰਤਰੀ ਦਾ ਛੱਟਿਆ ਹੋਇਆ ਰਿਆਣਾ ਕਿਉਂ ਇਸ ਤੋਂ ਪਤਾ ਲੱਗਦਾ ਵੀ ਪਤਾ ਤਾਂ ਕਿਸੇ ਨੂੰ ਨਹੀਂ ਧੂੜ ਚ ਮਤਲਬ ਭਜਾਣ ਵਾਲੀ ਗੱਲ ਹੀ ਐ ਤਾਂ ਇਹ ਆંકੜੇ ਠੀਕ ਨਹੀਂ ਹੈਗੇ ਦੂਜੀ ਗੱਲ ਇਹ ਆਂਕੜਿਆਂ 'ਚ ਹੋਰ ਗੜਬੜ ਹੈ ਉਹ ਗੜਬੜ ਇਹ ਹੈ ਕਿ ਮਹਿਕਮਾ ਪ੍ਰੈਸ 'ਚ ਕੋਈ ਹੋਰ ਆંકੜੇ ਦਿੰਦਾ ਇਹਦਾ ਮਤਲਬ ਇਹ ਹੈ ਪ੍ਰੈਸ 'ਚ ਹੋਰ ਆંકੜੇ ਦਿੰਦਾ ਜਿੱਥੇ ਛਾਪਣੇ ਨੇ ਜਿੱਥੇ ਜ਼ਿੰਮੇਵਾਰੀ ਹੈ ਜਿੱਥੇ ਦੂਜੇ ਡਿਪਾਰਟਮੈਂਟ ਨੇ ਛਾਪਣੇ ਨੇ ਜਿਹੜੇ ਵਿਧਾਨ ਸਭਾ 'ਚ ਵੰਡੇ ਜਾਣੇ ਨੇ ਉਹ ਆંકੜੇ ਠੀਕ ਦਿੰਦਾ ਕਿਉਂਕਿ ਜੇ ਉੱਥੇ ਗਲਤ ਨੇ ਫਿਰ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦਾ ਉਹਦੇ 'ਤੇ ਲੱਗ ਜੂਗਾ ਜਿਹੜੇ ਅਫਸਰ ਨੇ ਭੇਜੇ ਨੇ ਉਹ ਤਾਂ ਡਿਸਬਸ ਹੋ ਜੂ ਇਸ ਗੱਲ ਤੇ ਵੀ ਤੁਸੀਂ ਵਿਧਾਨ ਸਭਾ ਨੂੰ ਗੁੰਮਰਾਹ ਕਿਵੇਂ ਕਰਤਾ ਤੁਸੀਂ ਆਰ ਮੈਂ 20 ਸਾਲ ਦੇ ਨਹੀਂ ਰੱਖੇ ਆ ਜਿਹੜਾ ਮੈਂ ਕਾਗਜ਼ ਹੈ ਇਹ ਮੈਂ ਸਟੈਟਿਸਟੀਕਲ ਰਿਪੋਰਟ 2016 2017 2018 2019 2020 2021 ਚੋਂ ਕੱਢੇ ਨੇ ਛਪੇ ਹੋਏ ਮੈਂ ਤਾਂ ਪਹਿnabla दिखी ਨਹੀਂ ਸਿਰਫ ਸੋ ਇਹ ਕੀ ਗੱਲਾਂ ਆਪਾਂ ਕਰਦੇ ਆ ਆਪਣੇ ਤਾਂ ਹੁਣ ਇਹ ਬੜੇ ਇੰਟੈਲੀਜੈਂਟ ਪੱਤਰਕਾਰ ਨੇ ਬੜੀ ਇਹਨਾਂ ਦੀ ਧਾਕ ਜਮੀ ਹੋਈ ਹੈ ਉੱਥੋਂ ਪਤਾ ਲੱਗਦਾ ਵੀ ਇੱਕ ਅਫਸਰ ਨੂੰ ਬਹੁਤ ਚੰਗਾ ਕਹਿਣਾ ਹੈ ਕਿ ਸਰਕਾਰ ਨੂੰ ਮਾਰਾ ਕਹਿੰਦਾ ਗਲਤ ਆ ਇਸ ਅਖਬਾਰ ਚੋਂ ਆ ਖਬਰ ਚੋਂ ਤਾਇ ਲੱਗਦਾ ਸਰਕਾਰ ਚੰਗਾ ਜਾਂ ਮਾਰਾ ਇਹ ਮੇਰਾ ਸਵਾਲ ਨਹੀਂ ਹੈ ਉਹ ਅਫਸਰ ਚੰਗਾ ਜਾਂ ਮਾਰਾ ਇਹ ਮੇਰਾ ਸਵਾਲ ਨਹੀਂ ਹੈ ਇਸੇ ਅਖਬਾਰ ਨੇ ਜਿੱਦਾਂ ਕਾਜ ਡਾਕਟਰਾਂ ਨਾਲ ਦਾ ਐਡਾ ਰੋਲਾ ਪਿਆ ਸੀ ਇਸੇ ਅਫਸਰ ਵਾਸਤੇ ਉਧੇ ਤਾਂ ਕੋਈ ਨਹੀਂ ਲਿਖਿਆ ਵੀ ਭਾਈ ਇਹਦਾ ਕੋਈ ਫੈਸਲਾ ਕਰੋ ਵੀ ਪੇਪਰ ਹੀ ਨਹੀਂ ਕਰਤਾ ਸਾਰਾ ਪੇਪਰ ਹੀ ਆਊਟ ਆਫ ਸਲੇਵਸ ਪਤਾ ਸਕੂਲ ਮਾਸਟਰਾਂ ਨਾਲ ਪੇਪਰ ਲਖੜਾ ਰਣ ਨੂੰ ਪਤਾ ਉਧੇ ਤਾਂ ਲਾਈ ਇਹਨਾਂ ਨੇ ਖਬਰ ਉਦੋਂ ਇਹ ਬੰਦੇ ਨੇ ਨਾ 1158 ਪੋਸਟਰ ਭਰਨੀਆਂ ਸੀ ਉਹ ਤਾਂ ਕੈਰੀਅਰ ਬਹੁਤ ਜ਼ਿਆਦਾ ਸੀ ਉਹ ਤਾਂ ਉੱਚੇ ਕਾਲਜਾਂ ਦੇ ਵਿੱਚ ਪੜਾਉਣੇ ਸੀ ਸੋ ਆ ਤਾਂ ਸਮਝੀਏ ਬਹੁਤ ਵਾਰੀ ਅਸੀਂ ਪਪੂਲਰ ਰਿਲ ਤੇ ਜਾਣਿਆ ਸਾਡਾ ਸਮਾਜ ਦਾ ਬੁਖਾਨ ਇਸ ਗੱਲ ਤੇ ਆ ਗਿਆ ਵੀ ਜੋ ਜੋ ਹੋ ਗਿਆ ਜੋ ਉਹਨੇ ਕਰਤਾ ਉਹਨੇ ਉਹ ਕਹਿੰਦੇ ਜਿਹਨੇ ਲਾਈ ਗੱਲੀ ਉਹਦੇ ਨਾਲ ਉੱਠ ਚੱਲੀ ਸੋ ਮੈਨੂੰ ਤਾਂ ਇੱਕੋ ਗੱਲ ਸਮਝ ਆਇਆ ਜਿਹੜੀ ਮੈਨੂੰ ਬਾਬਾ ਨਾਨਕ ਨੇ ਸਮਝਾਈ ਹੈ ਉਹਨਾਂ ਨੇ ਕਿਹਾ ਆਪਕੋ ਤੇ ਦੀ ਦੋਸ ਨਾ ਦੇਉ ਜਾਣਾ ਨਾ ਹੀ ਰਖੇ ਹਉ ਆਤੇ ਧਰਮ ਪੁਰਾਣੀ ਅੱਖਰ ਦਿਖੇ ਸੇਈ ਗਾਵਾਂ ਆਵਰ ਨਾ ਜਾਣਾ ਬਾਨੀ ਕਿ ਨਵਾਂ ਰਸਤਾ ਖੋਜੋ ਆ ਜਿਹੜੇ ਕੱਸੇ ਪਿੱਤੇ ਰਸਤੇ ਨੇ ਜਿੰਨੋ ਸਾਰਾ মিডিਆ ਰੋਜੀ ਉਹੀ ਚਰਚਾ ਕਰਦਾ ਆਲਦਾਲੇ ਸਾਰੇ ਪ੍ਰੈਸ ਉਹੀ ਕਰੀ ਜਾ ਰਹੀ ਹੈ ਸਾਰੇ ਅਧਿਕਾਰੀ ਹੋਰ ਕੋਨ ਰਸਤਾ ਨਵਾਂ ਦਾ ਬਣਾ ਪੂਈ ਐ ਐ ਇੱਕ ਨਵਾਂ ਰਸਤਾ ਕੀ ਹੈ ਅਸੀਂ ਕੁਦਰ ਨੂੰ ਬਚਾ ਕੇ ਕੋਆਪਰੇਟਿਵ ਵਿੱਚ ਸ਼ੁਰੂ ਕਰੀਏ ਸਿਸਟਮ ਜਿਹੜਾ ਕਰ ਸਕਦੇ ਆ ਜੀ ਵੀ ਇਹਦੇ ਵੀ ਵੇਦਨ ਵੀ ਪਿੰਨਾਂ ਦੀਆਂ ਜ਼ਮੀਨਾਂ ਨੇ ਤੁਸੀਂ 130 ਜ਼ਮੀਨਾਂ ਦਲਤਾਂ ਨੂੰ ਦੇ ਦੋ ਵੀ ਕੋਆਪਰੇਟਿਵ ਖੇਤੀ ਕਰੋ ਬਈ 1,57,000 ਏਕੜ ਜ਼ਮੀਨ ਹੈ ਜੀ ਜੋ 1,36,000 ਪੰਚਾਇਤਾਂ ਦੇ ਕੋਲ ਹੈ ਉਹ ਦੇ ਕਿਉਂ ਨਹੀਂ ਰਹੇ ਕਿਉਂਕਿ ਇਹ ਉਹਨੂੰ ਖਰੀਦਣਾ ਚਾਹੁੰਦੇ ਆ ਭਗਤਾਂ ਦੀ ਜ਼ਮੀਨ ਦਾ ਰੌਲਾ ਨਹੀਂ ਪੈ ਰਿਆ ਅਰੇ ਆ ਮੌਜੂਦਾ ਮੰਤਰੀ ਦਾ ਚਿਹਤਾ ਸੀ ਜਿਹਦੇ ਉੱਤੇ ਉਂਗਲ ਉਠ ਰਹੀ ਆ ਪੈਣਾ ਉਹਦੀ ਫਟੇਕਾਰ ਸਾਹ ਦੇ ਵਿੱਚ ਉਹਨੇ ਵੀ ਕਰਿਆ ਫਿਰ ਕਹਿੰਦੇ ਇਹ ਤਾਂ ਜੀ ਪੈਸੇ ਸੀਗੇ ਪੈਸਾ ਜ਼ਮੀਨ ਨਹੀਂ ਹੁੰਦਾ ਚੰਡੀ ਜ਼ਮੀਨ ਨਹੀਂ ਹੁੰਦੀ ਉਹ ਜ਼ਮੀਨ ਹੈ ਤਾਂ ਸਰਕਾਰ ਦੀ ਨਾ ਪਾਹਾ ਇਸ ਵਾਸਤੇ ਆਇਆ ਹੈ ਕਿ ਉੱਥੋਂ ਦੀ ਜਿਹੜੇ ਛੋਟੇ-ਛੋਟੇ ਜ਼ਮੀਨਾਂ ਦੇ ਟੁਕੜੇ ਆਉਂਦੇ ਉਹਨਾਂ ਨੇ ਚੱਲਣਾ ਪੈਣ ਦੇ ਲੋਕਾਂ ਨੇ ਜੇ ਤੁਸੀਂ ਉਹ ਜ਼ਮੀਨ ਇੱਕ ਕਲੋਨਾਈਜ਼ਰ ਨੂੰ ਵੇਚਾ ਉਹਨੂੰ ਪੈਸੇ ਦਾ ਕੀਮਤ ਉਹਨੂੰ ਤਾਂ ਪੂਰੀ ਜ਼ਮੀਨ ਦਿੱਤੀ ਆ ਨਾ ਇਹ ਉਹ ਅਨਪੜ੍ਹ ਨੂੰ ਸਮਝਾਓ ਇਹ ਉਹ ਸਮਝਾਣ ਦੇ ਬੇਤਰਹੀੜੀ ਨਾਲ ਰੂੰਗਾ ਜੀ ਇਹ ਤਾਂ ਇਹ ਤਾਂ ਸਦੈ ਨਾਲ ਰੂੰਗਾ ਰੂੰਗਾ ਰੰਗਾ ਨਹੀਂ ਹੁੰਦਾ ਪਾਹਾ ਪੈ ਰੇ ਦਾ ਪੂਰਾ ਮੁੱਲ ਲੈਣਾ ਹੈ ਤਾਂ ਇਹ ਗਿਣਨੇ ਪੈਣਗੇ ਪੈਹੀ ਖਾਲ ਕੱਸੀਆਂ ਸੂਏ ਕਿੰਨੇ ਨੇ ਉਸ ਜ਼ਮੀਨ ਦੇ ਵਿੱਚ ਉਹ ਸਾਰੇ ਗਿਣਨੇ ਪੈਣਗੇ ਇਹ ਤਾਂ ਨੂੰ ਪਤਾ ਨੂੰ ਪਤਾ ਸੀ ਉਹ ਕਹਿੰਦੇ ਆਪਾਂ ਇਹ ਰਸਤਾ ਇਹ ਰਸਤਾ ਜਾਤਾ ਰੱਖਣਾ ਹੈ ਜੇ ਰਸਤਾ ਦੇਚਣਾ ਹੈ ਫਿਰ ਕੋਲ ਦੋ ਦੀ ਜ਼ਮੀਨ ਆ ਉਹਨੇ ਆਪਦੇ ਅੱਧਾ ਹੀ ਰਸਤਾ ਉੱਤੇ ਤੱਕ ਬਣਾਇਆ ਹੈ ਉਹ ਕਹਿੰਦੇ ਯਾਰ ਆਪਾਂ ਇਹਨੂੰ ਇਕੱਠਾ ਕਰਕੇ ਬਾਹਰ ਲੋ ਠੀਕ ਹੈ ਬਾਹਰ ਕਿਉਂਕਿ ਬਾਹਰ ਜੀ ਉਹ ਆਪ ਦਾ ਗੇਟ ਐਂਟਰ ਕਰਨਗੇ ਉਥੋਂ ਦੀ ਨਹੀਂ ਜਾ ਸਕਦੇ ਜਿਹੜੇ ਰਸਤੇ ਸੰਘੇ ਨੇ ਜਿਹੜੇ ਪਿੰਡ ਦੇ ਰਸਤੇ ਨੂੰ ਜ਼ਮੀਨ ਪਿੰਡ ਦੀ ਹੋਈ ਕੇ ਉਹ ਮੰਤਰੀ ਜਿਹੜੇ ਇਹਨਾਂ ਦੇ ਕੁਬੀਪਤਾ ਜੀ ਬਹੁਤ ਹੀ ਸਿਆਣੇ ਮੰਤਰੀ ਨੇ ਜੀ ਉਹ ਮੰਤਰੀ ਕਹਿੰਦਾ ਵੀ ਉਹ ਤਾਂ ਰਸਤੇ ਸੀਗੇ ਮਰ ਰਸਤੇ ਦਾ ਮੁੱਲ ਘਟ ਜਾਂਦਾ ਬਲਕੇ ਰਸਤੇ ਦਾ ਮੁੱਲ ਤਾਂ ਜ਼ਿਆਦਾ ਹੋਣਾ ਚਾਹੀਦਾ ਸੋ ਇਸ ਕਰਕੇ ਆਪਾਂ ਅਸਲੀਅਤ ਦੇ ਵੱਲ ਨੂੰ ਜਾਈਏ 3-4 ਗੱਲਾਂ માં 1 ਮਿੰਟ ਚ ਆਪਦੀ ਗੱਲ ਖਤਮ ਕਰਨ ਲੱਗਿਆਂ ਕਿਉਂਕਿ ਨੰਬਾ ਬਹੁਤ ਹੋ ਗਿਆ ਇੱਕ ਐਨਐਸਵੀ ਦੀ ਕਮੇਟੀ ਵਿੱਚ ਬਿਲਕੁਲ ਸ਼ਾਮਲ ਨਹੀਂ ਹੋਣਾ ਚਾਹੀਦਾ ਕਿਸਾਨਾਂ ਨੂੰ ਕਿਸਾਨਾਂ ਨੂੰ ਆਪ ਦਾ ਇਕੱਠੇ ਹੋਣਾ ਚਾਹੀਦਾ ਮੈਂ ਨਹੀਂ ਕਹਿੰਦਾ ਕੀ ਫਾਰਮ ਕਰਨਗੇ ਉਹ ਸਾਡੇ ਉਸ ਤੋਂ ਆਪਦੀ ਇੱਜ਼ਤ ਪ੍ਰਾਪਤ ਕਰਨ ਵਾਸਤੇ ਪਰ ਉਹਨਾਂ ਨੂੰ ਕੋਈ ਨਾ ਕੋਈ ਆਪਦਾ ਤੋੜ ਤਰੀਕਾ ਬਖਰਾ ਨਾ ਪਾਏ ਪੰਜਾਬ ਸਰਕਾਰ ਦਾ ਜੇ ਕੋਈ ਨਮਾਇਦਾ ਪੰਜਾਬ ਸਰਕਾਰ ਦੇ ਤੌਰ ਤੇ ਉਸ ਕਮੇਟੀ ਚ ਸ਼ਾਮਲ ਹੋਣ ਦੀ ਗੱਲ ਕਰਦਾ ਜਾਂ ਸ਼ਾਮਲ ਹੁੰਦਾ ਹੈ ਉਹ ਨੁਕਸਾਨ ਹੋਏਗਾ ਫਾਇਦਾ ਨਹੀਂ ਹੋਏਗਾ ਤੀਜੀ ਗੱਲ ਜਿਹੜੇ ਅਸੀਂ ਕਹਿੰਦੇ ਆ ਵੀ ਆ ਦਾਖਲੇ ਘੱਟ ਰਹੇ ਨੇ ਜਿਹੜੇ ਅਸੀਂ ਕਹਿੰਦੇ ਆ ਇੱਕ ਹੋਰ ਤੁਸੀਂ ਸਵਾਲ ਕਰਿਆ ਸੀ ਕੋਈ ਮੇਰੇ ਦਿਮਾਗ ਚੋਂ ਨਿਕਲ ਗਿਆ ਚਲੋ ਹਾਂਜੀ ਦੇ ਦਾਖਲਿਆਂ ਦੀ ਹਾਂ ਸਕੂਲਾਂ ਦਾਖਲਿਆਨਾ ਇਹ ਦਾਖਲਿਆਂ ਦੀ ਤੁਹਾਨੂੰ ਇਹ ਦੇਖਣਾ ਪਊਗਾ ਤੁਸੀਂ ਟੀਚਰ ਬਣਾਉਣੇ ਹੋ ਸਕੂਲ ਬਣਾਉਣੇ ਹੋ ਬੈਂਚ ਦਿੰਨੇ ਹੋ ਤੁਸੀਂ ਕਿਤਾਬਾਂ ਦਿੰਨੇ ਹੋ ਜੋ ਵੀ ਜੁਨੇਸ ਵਾਸਤੇ ਨੂੰ ਕਿ ਬੱਚੇ ਦੀ ਪੜ੍ਹਾਈ ਹੋਵੇ ਬੱਚਿਆਂ ਦੀ ਪੜ੍ਹਾਈ ਦੀ ਇਵੈਲੂਏਸ਼ਨ ਕਰਨਾ ਝੂਠੇ ਡਿਗਰੀ ਵਾਲਿਆਂ ਨੂੰ ਫੜਕੇ ਜਿਨ੍ਹਾਂ ਨੇ ਨੌਕਰੀ ਸੱਚੀ ਮੁੱਚੀ ਜੁਆਇਨ ਨਹੀਂ ਕੀਤੀ ਹੋਏ 2 ਨੰਬਰ ਤੇ ਬਗੇ ਹੋਏ ਨਹੀਂ ਜਿਹੜੇ ਗੈਰ ਹਾਜ਼ਰ ਨੇ ਤੇ ਬਾਹਰ ਬੈਠੇ ਤਨਖਾਹ ਲੈ ਰਹੇ ਨੇ ਇਹਨਾਂ ਸਾਰਿਆਂ ਨੂੰ 311 220 ਦੇ ਅੰਦਰ ਕਰਨਾ ਪੈਗਾ ਜਿਨ੍ਹਾਂ ਨੇ ਝੂਠੀਆਂ ਡਿਗਰੀਆਂ ਦਿੱਤੀਆਂ ਨੇ ਉਹਨਾਂ ਤੇ ਕ੍ਰਿਮੀਨਲ ਕੇਸ ਦਰਜ ਕਰਾਉਣੇ ਪੈਣਗੇ ਜੇ ਉਹ ਨਹੀਂ ਜਾਂਦੇ ਉਹ ਇਹ ਮੈਂ ਕਿਉਂ ਕਹਿਣਾ ਤਾਂ ਕਹਿਣਾ ਵੀ ਮੈਂ ਝੂਠੇ ਸਰਟੀਫਿਕੇਟਾਂ ਵਾਲੇ 36 ਬੰਦੇ ਖੜੇ 1983 ਚ ਅੱਜ ਦੀ ਜਿਵੇਂ ਗੱਲ ਕਰਦਾ ਜਿਨ੍ਹਾਂ ਨੇ ਦਾਖਲਾ ਲੈ ਲਿਆ ਸੀ ਇਹ ਐਨਐਮ ਟ੍ਰੇਨਿੰਗ ਚ ਮੈਂ 36 ਦੇ 36 ਕੱਢ ਕੇ ਬਾਹਰ ਮਾਰੇ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਤਾਂ ਤੁਹਾਨੂੰ ਬਾਹਰ ਹੀ ਕੱਢਿਆ ਜੇ ਬਹੁਤਾ ਬੋਲੋਗੇ ਨਾਮ ਦੇ ਨਾਲ ਤੁਹਾਡੇ ਤੇ ਫੌਜਦਾਰੀ ਕੇਸ ਰਜਿਸਟਰ ਕਰਾਵਾਂਗੇ ਵੀ ਇਹਨਾਂ ਠੱਗੀ ਮਾਰੀਆ 60 ਦੇ ਵਿੱਚੋਂ 36 60 ਦੇ ਵਿੱਚੋਂ 36 ਉਦੋਂ ਕੱਢੇ ਜਦ 18 ਮਹੀਨਾ ਚੋਂ 15 ਮਹੀਨੇ ਲੰਘ ਚੁੱਕੇ ਸੀ ਕਿਉਂਕਿ ਬੋਰਡ ਨੇ ਚੈੱਕ ਕਰਦੇ ਕਰਦੇ ਸਾਲ ਦਾ ਤਾਂ ਜਿੱਦ ਨੇ ਬੋਰਡ ਨੇ ਰਿਪੋਰਟ ਤੇ ਜੀ ਦੀ 36 ਝੂਠੇ ਸਰਟੀਫਿਕੇਟ ਨੇ ਮੈਂ ਪ੍ਰਿੰਸੀਪਲ ਨੂੰ ਕਹਿਤਾ ਕਹਿੰਦੇ ਜੀ ਕੀ ਕਰੀਏ ਮੈਂ ਤੁਸੀ ਲਿਖ ਦਿਓ ਬਾਹਰ ਕੁ ਮੈਂ ਸਮੋ ਇਹਨਾਂ ਨੂੰ ਬਾਹਰ ਕੱਢ ਦਿਓ ਵੀ ਤੁਹਾਡਾ ਤੁਹਾਨੂੰ ਕੱਲ੍ਹ ਤੋਂ ਕਰਤਾ ਸਕੂਲ ਤੋਂ ਕਰਤਾ ਸੋ ਜੇ ਤੁਹਾਨੂੰ ਸਖਤੀ ਨਾਲ ਰੱਖਣਾ ਹੁੰਦਾ ਜਿਹੜਾ ਬੰਦਾ ਠੱਗ ਹੈ ਤੁਸੀਂ ਠੱਗ ਬੰਦੇ ਦੇ ਡੀ 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 ਕਰਿਓ ਉਹਦਾ ਕੀ ਮਤਲਬ ਹੈ ਠੱਗ ਤਾਂ ਠੱਗ ਹੈ ਸ਼ਰੀਫ ਆਦਮੀ ਤਾਂ سزا ਦੇ ਹੀ ਜਾਂਦੇ ਨੇ ਇੱਕ ਸ਼ਰੀਫ ਆਦਮੀ ਜਾ ਰਿਹਾ ਹੈ ਉਪਰਚੰਸ ਡੇਟ ਹੋ ਗਿਆ 5 ਮਿੰਟ ਉਹਨੂੰ ਤਾਂ ਫਾਈ ਟੰਗ ਦਿੰਦੇ ਨੇ ਕਿਉਂਕਿ ਉਹਦੀ ਸਫਾਰਸ਼ ਨਹੀਂ ਹੈ ਦੂਧਾ ਜਾਂਦਾ ਹੀ ਨਹੀਂ ਉਹਨੂੰ ਕੁਝ ਨਹੀਂ ਕਹਿੰਦੇ ਕਿਉਂਕਿ ਉਹਨੂੰ ਪਤਾ ਦੀ ਇਹ ਉੱਤੋਂ ਡੰਡਾ ਫਰਵਾ ਦੇਗਾ ਸੋ ਇਸ ਕਰਕੇ ਤੁਹਾਨੂੰ ਬਰਾਬਰਤਾ ਦਾ ਰਾਜ ਕਰਨਾ ਪਊ ਜਿਹਨੇ ਸੱਚਮੁੱਚ ਵੱਡੇ ਠੱਗ ਨੇ ਉਹਨਾਂ ਨੂੰ ਫੜ ਕੇ سزا ਦੇਣੀ ਪਊਗੀ ਸੋ ਮੈਨੂੰ ਇੱਕ ਲਾਸਟ ਗੱਲ ਸੁਣਾ ਕੇ ਦੱਸਣਾ ਖਤਮ ਕਰਨਾ ਮੈਂ ਇੱਕ ਵਾਰੀ ਹਸਪਤਾਲ 'ਤੇ ਬੈਠਾ ਬੜਾ ਆਕਿਆ ਬੈਠਾ ਸੀ ਇੱਕ ਬੰਦਾ ਆਇਆ ਉਹ ਕਹਿੰਦਾ ਯਾਰ ਆ ਹੋ ਰਿਹਾ ਹੈ ਮੈਂ ਯਾਰ ਹੁਣ ਮੈਂ ਕੀ ਲਿਕੇ ਗੋਡੀ ਮ ਮੈਨੂੰ ਉਹ ਆਹ ਹੱਥ ਜੁਰਕ ਕੇ ਨਾ ਮੈਂ ਜੀ ਹਾਂ ਤਾਂ ਅਣ ਪੜ ਮੇਰੀ ਗੱਲ ਸੁਣ ਲੋਗੇ ਮੈਂ ਆ ਦੱਸੋ ਕਹਿੰਦੇ ਅਸੀਂ ਖੇਤੀ ਕਰਦੇ ਹਾਂ ਹੁਣ ਅਸੀਂ ਸਾਰੇ ਕੌਣ ਥੋੜਾ ਮਾਰ ਦਿੰਦੇ ਆ ਮੈਨੂੰ ਗੱਲ ਫਟ ਸਮਝ ਆ ਗਈ ਮਜ਼ਾਕ ਯਾਰ ਹੁਣ ਦੱਸ ਮੈਨੂੰ ਪਤਾ ਲੱਗ ਗਿਆ ਵੀ ਤੂੰ ਕੀ ਕਹਿਣਾ ਮੈਨੂੰ ਵੀ ਮਾਰ ਕੇ ਬਣਾ ਕੇ ਡਰਨਾ ਟੰਗ ਦੋ ਵੀ ਦਾ ਪਿਆ ਆ ਭਗਵੰਤ ਮਾਨ ਨਹੀਂ ਕ腐ਸ਼ਨ ਦੇ ਵਿੱਚ ਕਰਿਆ ਹੀ ਹੈ ਨਾ ਚਾਹੇ ਕ腐ਸ਼ਨ ਨਹੀਂ ਬੰਦ ਹੋਈ ਅੰਦੋਲਨ ਪੂਰੇ ਹਿੱਲੇ ਹੋਏ ਨਹੀਂ ਡਰੇ ਹੋਏ ਨਹੀਂ ਲੋਕੀ ਯਾਰ ਇਹ ਪਤਾ ਨਹੀਂ ਕਰ ਕੀ ਹੋ ਜਾਣਾ ਸਹੀ ਗੱਲ ਹੈ ਸ਼ੁਕਰੀਆ ਡਾਕਟਰ ਸਾਹਿਬ ਤਾਂ